ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸੋ ਆਓ ਗੁਰਸਿੱਖ ਵੀਰ ਵੀਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹਨ। ਇਹ ਦਰਬਾਰ ਦਾ ਮੁੱਢ ਅਕਾਲ ਪੁਰਖ ਅੰਤਰਯਾਮੀ, ਜਿੱਥੇ ਵੀ ਪੁੱਛਿਆ ਵੀ ਬਾਬਾ ਜੀ ਨੂੰ ਪੁੱਛਿਆ ਤੁਹਾਡਾ ਨਾਂ ਕੀ ਹੈ, ਬਾਬਾ ਜੀ ਨੇ ਹਰੇਕ ਦਾ ਕਿ ਸਾਡਾ ਨਾਂ ਨਾਨਕ ਨਿਰੰਕਾਰ ਹੈ। ਬਾਬਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਅੰਧ ਘੋਰ ਵਰ ਚੁੱਕਾ ਸੀ। ਉਹ ਟਾਈਮ ਤੇ ਅਤਿਆਚਾਰ ਦਾ ਪੂਰਾ ਜ਼ੋਰ ਸੀ। ਕੋਈ ਸਾਧੂ ਸੰਤ ਦੁਨੀਆਂ ਤੇ ਹੈ ਨਹੀਂ ਸੀ। ਰਾਵਣ ਦਾ ਪੂਰਾ ਜ਼ੋਰ ਸੀ, ਰਾਵਣ ਪਾਪੀ ਚੰਦਰਾ ਬਹੁਤ ਭੈੜੇ ਹੱਤਿਆ ਕਰ ਰਿਹਾ। ਧਰਤੀ ਮਾਤਾ ਨੇ ਬੇਨਤੀ ਕੀਤੀ ਅਕਾਲ ਪੁਰਖ ਦੇ ਮੂਹਰੇ, ਹੇ ਅਕਾਲ ਪੁਰਖ ਮੈਂ ਡੋਲ ਰਹੀ ਹਾਂ, ਇਹ ਪਤਾ ਨਹੀਂ ਮੈਂ ਕਦੋਂ ਗਰਕ ਜਾਂ, ਤੇਰੀ ਸ੍ਰਿਸ਼ਟੀ ਸਾਜੀ ਹੋਈ ਹੈ ਤੇ ਕਿਰਪਾ ਕਰੋ, ਮੇਰੇ ਤੇ ਭਾਰ ਬਹੁਤ ਆ ਚੁੱਕਾ। ਅਕਾਲ ਪੁਰਖ ਭਗਵਾਨ ਕਹਿੰਦੇ ਕੋਈ ਗੱਲ ਨਹੀਂ, ਦੱਸ ਕਾਹਦਾ ਭਾਰ ਹੈ। ਧਰਤੀ ਮਾਤਾ ਨੇ ਆਖਿਆ ਮੇਰੇ ਉੱਤੇ ਭਾਰ ਹੈ, ਕਿਰਤ ਕਣਾ ਦਾ ਭਾਰ ਨਾ ਚੁੱਕਿਆ ਜਾਵੇ, ਧਰਤੀ ਪੁਕਾਰ ਕਰਦੀ ਮੈਥੋਂ ਕਿਰਤ ਕਣਾ ਦਾ ਭਾਰ ਚੁੱਕਿਆ ਨਹੀਂ ਜਾਂਦਾ, ਧਰਤੀ ਪੁਕਾਰ ਕਰਦੀ ਧਰਤੀ ਪਕਾਰ ਕਰ ਦੇ, ਧਨਾਂ ਦਾ ਭਾਰ ਚੁੱਕਿਆ ਨਾ ਜਾਵੇ, ਧਰਤੀ ਪਕਾਰ ਕਰ ਦੇ, ਧਨਾਂ ਦਾ ਭਾਰ ਚੁੱਕਿਆ ਨਾ ਜਾਵੇ, ਧਰਤੀ ਪਕਾਰ ਕਰ ਦੇ, ਧਨਾਂ ਦਾ ਭਾਰ ਚੁੱਕਿਆ ਨਾ ਜਾਵੇ, ਧਰਤੀ ਪੁਕਾਰ ਕਰਦੀ। ਕਿਰਤ ਘਣ ਕੌਣ ਹੈ? ਕਹਿੰਦੇ ਬੰਦੇ ਦਾ ਰੂਪ ਹੈ ਪਰ ਉਹ ਸੂਰਜ ਨੂੰ ਭੁੱਲ ਗਿਆ, ਹਵਾ ਨੂੰ ਭੁੱਲ ਗਿਆ, ਉਹ ਧਰਤੀ ਨੂੰ ਭੁੱਲ ਗਿਆ, ਉਹ ਪਾਣੀ ਨੂੰ ਭੁੱਲ ਗਿਆ। ਤੇਰਾ ਢਾਂਚਾ ਕਲਬੂਤ ਸਰੀਰ ਬਣਾਏ ਨੂੰ ਭੁੱਲ ਹੀ ਗਿਆ, ਉਹਨੂੰ ਕੋਈ ਯਾਦ ਨਹੀਂ। 24 ਘੰਟੇ ਮਾਇਆ ਮਾਇਆ ਪਾਪ ਦਾ ਜ਼ੋਰ ਹੈ, ਇੰਨਾ ਪਾਪ ਦਾ ਜ਼ੋਰ ਵੱਧ। ਜਿਹੜੇ ਮਹਾਂਪੁਰਖ ਹੈ ਉਹਨਾਂ ਦੇ ਹੱਥ ਧੋ ਕੇ ਮਗਰ ਪੈ ਜਾਂਦਾ ਕਿਰਤ ਘਣ ਬੰਦਾ, ਉਹਨੂੰ ਐ ਹੋਏਦਾ ਕਦੋਂ ਮਾਰ ਰਿਹਾ ਕਿਰਤ ਘਣ। ਇੱਕ ਕਿਰਤ ਘਣ ਸੀ, ਉਸਨੇ ਸਾਧ ਸੰਗਤ
ਕਿਰਤਕਾਰ ਨੇ ਕਹਿੰਦੇ ਬਹੁਤ ਨਿੰਦਿਆ ਕੀਤੀ ਮਹਾਂਪੁਰਖਾਂ ਦੀ। ਸਮਾਂ ਪੈ ਗਿਆ, ਆਪਦੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਮਰ ਗਿਆ। ਕਿਵੇਂ ਮਰਿਆ? ਹਨੇਰੀ ਆਈ, ਉਹਦੇ ਸਿਰ ਵਿੱਚ ਟੁੱਟ ਕੇ ਡਾਹਣਾ ਵੱਜਿਆ, ਉਹ ਮਰ ਗਿਆ। ਜਦੋਂ ਮਰਿਆ ਨਾ, ਮਰਿਆ ਉੱਥੇ ਜਿੱਥੇ ਕੋਈ ਜੀ ਨਹੀਂ ਸੀ, ਐਡਾ ਭਿਆਨਕ ਜੰਗਲ ਸੀ। ਘਰ ਦੇ ਭਾਲਦੇ ਕਿੱਧਰ ਗਿਆ, ਤੇ ਗੁਰਮੁਖ ਜਿੱਥੋਂ ਗਿਆ ਸੀ ਉਹ ਭਾਲਦੇ ਵਿੱਚ ਤਾਂ ਭੇਜਤਾ, ਉੱਥੇ ਭਿਆਨਕ ਜੰਗਲ ਸੀ। ਆ ਵੇਖੋ, ਜਦੋਂ ਬੰਦੇ ਨੂੰ 5 ਦਿਨ 4 ਦਿਨ ਹੋਏ ਨਾ ਉਹਨੂੰ ਮਰੇ ਨੂੰ, ਮੁਸ਼ਕ ਆਉਣ ਲੱਗਿਆ, ਮੁਸ਼ਕ ਮੁਸ਼ਕ। ਉੱਥੇ ਕਹਿੰਦੇ ਬਘਿਆੜ ਆਇਆ, ਬਘਿਆੜ ਨੇ ਉਹਦੇ ਪਹਿਲਾਂ ਪੈਰ ਸੁੰਘੇ, ਪੈਰ ਸੁੰਘ ਕੇ ਮੂੰਹ ਫੇਰਤਾ ਵੀ ਇਹਨੇ ਕੋਈ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ, ਇਹਦੇ ਪੈਰ ਮਾੜੇ ਆ। ਫਿਰ ਹੱਥ ਸੁੰਘੇ, ਫਿਰ ਬਘਿਆੜ ਨੇ ਸਿਰ ਫੇਰਤਾ। ਉਹਨੇ ਆਖਿਆ ਹੱਥਾਂ ਨਾਲ ਕੋਈ ਸੇਵਾ ਨਹੀਂ ਕੀਤੀ। ਫਿਰ ਉਹਨੇ ਮੱਥਾ ਸੁੰਘਿਆ, ਮੱਥਾ ਸੁੰਘ ਕੇ ਫਿਰ ਵੀ ਬਘਿਆੜ ਨੇ ਸਿਰ ਫੇਰਤਾ, ਸਿਰ ਫੇਰਤਾ। ਬਘਿਆੜ ਨੂੰ ਕਿਉਂ ਪਤਾ ਲੱਗਿਆ? ਤੁਰੇ ਜਾਂਦੇ ਮਹਾਂਪੁਰਖਾਂ ਦੇ ਦਰਸ਼ਨ ਹੋ ਗਏ ਸੀ। ਦਰਸ਼ਨ ਹੋਣ ਨਾਲ ਬੁੱਧੀ ਮਨੀਤ ਤੋਂ ਪ੍ਰਕਾਸ਼ ਹੋ ਜਾਂਦੀ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ। ਆ ਵੇਖੋ, ਹਰੀ ਦੀ ਕਿਰਪਾ ਨਾਲ ਸੰਤ ਮਿਲ ਜਾਂਦੇ ਆ। ਸੰਤ ਭੇਟਿਆ ਮਾ ਨਾਨਕ ਮਨ, ਆ ਵੇਖੋ ਪ੍ਰਕਾਸ਼। ਮਹਾਂਪੁਰਖਾਂ ਤੋਂ ਬਿਨਾਂ ਮਨ ਪ੍ਰਕਾਸ਼ ਨਹੀਂ ਹੋਣਾ। ਕਿਤੇ ਮਰਜ਼ੀ ਭੱਜ ਲਓ, ਕੋਈ ਰਸਤਾ ਗੁਰੂ ਅਰਜਨ ਸਾਹਿਬ ਦਾ ਵਚਨ ਫੈਸਲਾ ਹੀ ਕਰਦਾ। ਤੇਰਾ ਮਨ ਦੀ ਬੁੱਧੀ ਪ੍ਰਕਾਸ਼ ਤਾਂ ਹੋਵੇਗੀ, ਕੋਈ ਬਾਬਾ ਆਨੰਦ ਸਿੰਘ ਵਰਗਾ ਮਹਾਂਪੁਰਖ ਹਰ ਕਿਰਪਾ ਤੇ ਉਹ ਬੈਠਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਹਰੀ ਕਿਰਪਾ। ਅਰਦਾਸ ਕਰਿਆ ਕਰੋ, ਗੁਰੂ ਜੀ ਕਿਰਪਾ ਕਰੋ, ਹਰੀ ਸੱਚੇ ਪਾਤਸ਼ਾਹ ਕੋਈ ਆਪਦਾ ਭਰੋਸਾਇਆ ਮਹਾਂਪੁਰਖ ਭੇਜੋ, ਕੋਈ ਬਨਾਉਟੀ ਝੋਲਾ ਨਾ ਪਾਇਆ ਹੋਵੇ, ਕੋਈ ਦਿੱਲੀ ਸਰਕਾਰ ਦਾ ਬਣਾਇਆ ਨਾ ਹੋਵੇ। ਬਹੁਤ ਬੜੇ ਫਾਇਦੇ ਆ, ਗਰੀਬ ਮਾਜ ਧੁਰੋ ਤੂੰ ਆਪਦੇ ਕੋਲੋਂ ਭੇਜ, ਆਪਦੀ ਗੋਲ ਵਿੱਚੋਂ ਉਠਾ ਕੇ ਭੇਜ ਬਾਬਾ ਆਨੰਦ ਸਿੰਘ ਵਰਗਾ। ਇਉਂ ਆਖਿਆ। ਅਸੀਂ ਹਜ਼ੂਰ ਸਾਹਿਬ ਗਏ, ਉੱਥੇ ਜਥੇਦਾਰ ਹੈਡ ਪੁਜਾਰੀ ਸਾਹਿਬ ਵੀ ਕਹਿ ਦਿੰਦੇ ਆ ਸਾਡੇ ਨਾਲ ਬਹੁਤ ਪਿਆਰ ਹੈ, ਐ ਬੇਗਮ ਵੇਖ ਕੇ ਚਿੱਟੇ ਚੋਲੇ ਸਾਰੇ ਵੇਖ ਕੇ ਉਹਨਾਂ ਦੇ ਹੱਥ ਜੁੜ ਗਏ। ਉਹ ਕਹਿੰਦੇ ਆ ਗਈ ਫੌਜ ਬਾਬਾ ਆਨੰਦ ਸਿੰਘ ਦੀ। ਇਉਂ ਆਖਿਆ ਤੇ ਉੱਤੇ ਲੈ ਗਏ, ਸਾਨੂੰ ਬਿਠਾਇਆ, ਸਤਿਕਾਰ ਕੀਤਾ, ਸਾਨੂੰ ਹੱਥ ਜੋੜ ਕੇ ਮੱਥਾ ਡਿੱਗਦੇ ਕਹਿੰਦੇ ਤੁਹਾਡਾ ਗੁਰੂ ਬਾਬਾ ਆਨੰਦ ਸਿੰਘ ਵਰਗਾ ਦੁਨੀਆ ਤੇ ਪਹਿਲਵਾਨ ਨੀ ਕੋਈ ਹੋਣਾ। ਪਹਿਲਵਾਨ ਇਉਂ ਆਖਿਆ ਪਹਿਲ
ਪਹਿਲਵਾਨ ਨੀ ਕੋਈ ਹੋਣਾ ਤੁਹਾਡੇ ਬਾਬੇ ਨੰਦ ਸਿੰਘ ਵਰਗਾ। ਮੈਂ ਜੀ ਪਹਿਲਵਾਨ? ਕਹਿੰਦੇ ਪਹਿਲਵਾਨ ਨਾ ਆਮ ਤਾਂ ਮਰਦ ਤਾਂ ਬਹੁਤ ਹੁੰਦੇ ਆ, ਕਹਿੰਦੇ ਪਹਿਲਵਾਨ ਸਾਰਿਆਂ ਨੂੰ ਢਾ ਲੈਂਦਾ, ਸਭ ਨੂੰ ਜਿੱਤ ਲੈਂਦਾ, ਤੇ ਸਭ ਤੋਂ ਮਗਰੋਂ ਨੂੰ ਸੋਨੇ ਦਾ ਤਖਤਾ ਤਬਕਾ ਮਿਲਦਾ। ਕਹਿੰਦੇ ਬਾਬਾ ਨੰਦ ਸਿੰਘ ਨੂੰ ਕੀ ਮਿਲਿਆ? ਬਾਬਾ ਨੰਦ ਸਿੰਘ ਨੂੰ ਰਿੱਧੀ ਸਿੱਧੀ ਮਿਲੀ, 33 ਕਰੋੜ ਦੇਵਤਾ ਮਿਲਿਆ, 125,000 ਸ਼ਹੀਦ ਮਿਲਿਆ, ਹੋਰ ਕੌਣ ਮਿਲਿਆ? ਗੁਰੂ ਨਾਨਕ ਕਹਿੰਦੇ ਬਾਬਾ ਨੰਦ ਸਿੰਘ ਨੂੰ, ਕਹਿੰਦੇ ਤੇਰੇ ਦੇਖਣ ਵਿੱਚ ਡੇਰ ਹੈ, ਮੇਰੇ ਦਰਸ਼ਨ ਦੇਣ ਵਿੱਚ ਕੋਈ ਡੇਰ ਨਹੀਂ ਹੋਊ, ਕੋਈ ਮਹਾਂਪੁਰਖ ਨਹੀਂ ਦੁਨੀਆਂ ਤੇ ਆਇਆ ਸਰ। ਇਉਂ ਆ ਗਿਆ ਤੇ ਮੈਂ ਵਿਚਾਰ ਕਰ ਰਿਹਾ ਸੀ ਤੇ ਗੁਰਮੁਖੋ ਉਹ ਵੇਖੋ ਬਗਿਆੜ ਹੈ ਕਿੰਨੀ ਪਾਵਰ ਹੈ ਮਹਾਂਪੁਰਖਾਂ ਚ ਕਿੰਨੀ, ਪਰ ਬਿਰਲੇ ਕਿਹੜੇ ਹਜ਼ੂਰ ਮੋਹਰ ਲਾ ਗਏ। ਨਾਮ ਕੀ ਮਹਿਮਾ, ਸਾਡੇ ਕੋਲ ਜਪਣ ਹੀ ਨਹੀਂ ਦਿੰਦਾ ਫੋਨ। ਨਾਮ ਕੀ ਮਹਿਮਾ ਸੰਤ ਰਹਿ ਦਵਸ, ਸੰਤ ਪ੍ਰਤਾਪ, ਸੰਤ ਬੜਾ ਹੋਇਆ ਇਹਦਾ ਪ੍ਰਤਾਪ ਨਾ ਹੋਵੇ ਪ੍ਰਤਾਪ। ਸਾਡੇ ਕੋਲ ਗਿਆਨੀ ਜੀ ਰਹਿੰਦੇ, ਗਿਆਨੀ ਜੀ ਉਹਨਾਂ ਦਾ ਪਿੰਡ ਪਹਿਲਾਂ ਉੱਧਰ ਸੀ ਪਿੱਛੀ ਵਾਲਾ, ਪੁੱਛੋ ਦੇ ਨੇੜੇ ਸੀ। ਕਹਿੰਦਾ ਸਾਡੇ ਪਿੰਡਾਂ 'ਚ ਇਹ ਗੱਲ ਚੱਲਦੀ ਸੀ ਵੀ ਪੁੱਛੋ ਵਾਲੇ ਬਾਬਾ ਜੀ ਦਾ 100-100 ਕੋ ਤਿੱਕਰ ਪ੍ਰਤਾਪ ਹੈ, 100 ਕੋ ਉੱਧਰ ਨੂੰ 100 ਕੋ ਉੱਧਰ ਨੂੰ ਪ੍ਰਤਾਪ ਹੈ। ਕਹਿੰਦੇ ਇੱਥੇ ਖੜ ਕੇ ਅਰਦਾਸ ਕਰਦੀਏ ਨਾ, ਅਰਦਾਸ ਕਰਨ ਡੇਰ ਹੈ ਤੇ ਪੁੱਛੋ ਵਾਲੇ ਬਾਬਾ ਜੀ ਦੇ ਮਿਹਰ ਕਰਨ 'ਚ ਕੋਈ ਡੇਰ ਨਹੀਂ। ਸੰਤ ਪ੍ਰਤਾਪ ਦੁਰਤ ਸਭ ਨਸ, ਪੁੱਛੋ ਵਾਲੇ ਬਾਬਾ ਜੀ ਨੂੰ ਕਹਿੰਦੇ ਇੱਕ ਗੁਰਮ ਪਿਆਰਾ ਸਾਡੇ ਘਰੇ ਚਰਨ ਪਾਓ, ਅਸੀਂ 7 ਭਰਾ ਆ ਤੁਹਾਡੇ ਕੋਲੇ ਆਉਂਦੇ ਹਾਂ, ਆਉਂਦਿਆਂ ਨੂੰ ਬਹੁਤ ਚਿਰ ਹੋ ਗਿਆ, ਸਾਡੇ ਘਰੇ ਚਰਨ ਪਾਓ। ਪੁੱਛੋ ਵਾਲੇ ਕਹਿੰਦੇ ਤੁਹਾਡੇ ਘਰੇ ਜਾਵਾਂਗੇ, ਸਾਡਾ ਖਜ਼ਾਨਾ ਲੁੱਟਿਆ ਜਾਊ। ਉਹ ਕਹਿਣ ਲੱਗਾ ਜੀ ਇੱਕ ਬੰਦਾ ਸਾਡਾ ਇੱਥੇ ਰਹੂਗਾ ਡੇਰੇ 'ਚ ਪਹਿਰਾ ਦੇਊ। ਬਾਬਾ ਜੀ ਕਹਿੰਦੇ ਉਹ ਖਜ਼ਾਨਾ ਤੈਨੂੰ ਪਤਾ ਸਾਡਾ ਕਿਹੜਾ ਹੈ? ਸਾਡਾ ਖਜ਼ਾਨਾ 24 ਘੰਟੇ ਨਾਮ ਜਪਣਾ, ਸੰਤਨ ਸੋ ਮੇਰੀ ਲੇਵਾ ਦੇਵੀ, ਸੰਤਨ ਸੋ ਵਿਹਾਰਾ, ਭਗਤ ਭਰੇ ਭੰਡਾਰਾ। ਹੁਣ ਭੰਡਾਰ ਦਾ ਭਾਂਡਾ ਹੀ ਹੈ ਨੀ ਸਾਡੇ ਬਾਬਿਆਂ ਕੋਲੇ, ਭਾਂਡਾ ਤਾਂ ਕਿੱਥੇ, ਭੰਡਾਰਾ ਤਾਂ ਕਿੱਥੇ ਹੋਣਾ? ਇਉਂ ਆਖਿਆ ਤੇ ਐ ਬਾਬਾ ਜੀ ਕਹਿੰਦੇ ਮੇਰਾ ਖਜ਼ਾਨਾ ਲੁੱਟਿਆ ਜੂ। ਹੁਣ ਸਾਡਾ ਪਤਾ ਨੀ ਲੱਗਦਾ, ਇੱਕ ਮਿੰਟ ਲੱਗਦਾ ਵੀ ਕਲਕੱਤੇ, ਦਿੱਲੀ, ਬੰਬੇ, ਅਸੀਂ ਕਹਿੰਦੇ ਦਿੱਕਤ। ਹਾਂ ਭੰਡਾਰਾ ਸਾਡਾ ਜ਼ਿਆਦੇ ਭਰ ਗਿਆ, ਬਾਹਲਾ ਭਰ ਗਿਆ, ਬਾਹਲਾ ਭਰ ਗਿਆ ਕਰਕੇ ਇੱਥੇ ਥੱਕ ਗਏ ਵਰਤਾਉਂਦੇ। ਇਸ ਕਰਕੇ ਸਾਧ ਸੰਗਤ ਵੇਖੋ, ਉਹ ਗਿੱਦੜ ਨੇ ਮੱਥਾ ਵੇਖਿਆ, ਮੱਥਾ ਸੁੰਘਿਆ ਬਘਿਆੜ ਨੇ, ਸਿਰ ਫੇਰਿਆ ਖਾਣ ਵਾਲਾ ਨਹੀਂ। ਬਘਿਆੜ ਨੇ ਆਖਿਆ ਅੱਗੇ ਮੈਂ ਬਘਿਆੜ ਹੈ, ਜੇ ਇਹਨੂੰ ਖਾ ਲਿਆ ਤਾਂ ਫਿਰ ਪਤਾ ਨੀ ਕਿਹੜੀ ਜੂਰ ਮਿਲੋ, ਮੈਂ ਨਾ ਹੀ ਖਾਈਏ, ਖਾਧਾ ਨੀ। ਥੋੜੇ ਦਿਨ ਹੋਰ ਪੈ ਗਏ, ਗਿੰਝਾਂ ਆ ਗਈਆਂ, ਗਿੰਝਾਂ ਮਾਸ ਤੋਂ ਬਿਨਾਂ ਬਚਦੀਆਂ ਨੀ, ਕਿਹੋ ਜਿਹਾ ਮਰਜ਼ੀ ਹੋਵੇ
ਕਿਹੋ ਜਿਹਾ, ਪਰ ਗਿਣਜਾ ਨੂੰ ਵੀ ਗਿਆਨ ਹੋ ਗਿਆ। ਗਿਣਜਾ ਮਾਸ ਨੀ ਗਾਣਾ ਕਿਰਤ ਗਾਣਾ ਬੰਦੇ ਅਰਦਾਸ ਕਰਕੇ ਜਾਇਓ। ਇਹ ਗੁਰੂ ਨਾਨਕ ਘੁੱਟ ਕੇ ਵਾਹ ਫੜ ਬੈਠੇ, ਹੁਣ ਤੇਰੇ ਦਰਬਾਰ ਤੇ ਆਏ, ਦੇਖੀ ਗਰੀਬ ਮਾਂ ਤਿਲਕ ਨਾ ਜਾਈਏ, ਅੰਮ੍ਰਿਤ ਦੀ ਦਾਤ ਦੇ ਗਏ ਤੋਰ, ਅੰਮ੍ਰਿਤ ਵੇਲਾ ਵਛ ਗਏ ਤੋਰ, ਦੇਖੀ ਆ ਵੇਖੋ ਕਿਰਤ ਕਣ ਮੰਨੀ ਗਿਰਜਾ ਮਾਸ ਨਹੀਂ ਖਾਣਾ ਲੱਗਣ ਜਾਂਦੇ ਮਾਸ ਨਹੀਂ ਖਾਂਦੇ। ਕਹਿੰਦੀਆਂ ਰਹਿਣ ਦਿਓ, ਬੜਾ ਮੁਸ਼ਕ ਆਉਂਦਾ। ਕਿਉਂ? ਕਹਿੰਦੇ ਇਹਦਾ ਅੰਗ ਸਾਗ ਕੋਈ ਨਹੀਂ ਹੈ, ਕੋਈ ਨਹੀਂ ਹੈ। ਕੀ ਇਹਨਾਂ ਨੂੰ ਕਿਸੇ ਸਾਧੂ ਦਾ ਧੱਕਾ ਲੱਗਿਆ ਹੋਇਆ? ਆ ਵੇਖੋ, ਇਸ ਕਰਕੇ ਨਾ ਬਾਬਾ ਜੀ ਆਏ, ਧਰਤੀ ਮਾਤਾ ਨੇ ਆਖਿਆ ਮੇਰੇ ਉੱਤੇ ਕਿਰਤਕੜਾਂ ਦਾ ਭਾਰ ਹੋ ਗਿਆ। ਕਿਰਤਕੜਾਂ ਦੇ ਵਚਨ ਤਾਂ ਹੁਣ ਹੋਰ ਵੀ ਹੈਗੇ ਬਹੁਤ, ਪਰ ਬਹੁਤ ਡੂੰਘੇ ਜੀ ਆ, ਥੋੜੇ ਡੂੰਘੇ। ਇਹ ਕਹਿ ਲੈਂਦੇ ਨਾ ਇਹ ਲੈਂਦੇ, ਜਦੋਂ ਮਰ ਗਿਆ ਨਾ ਮੱਚ ਗਿਆ, ਜਮਾਂ ਮਾਸ ਲੈ ਗਿਆ ਉਹਦਾ, ਮੁਸ਼ ਕਰ ਗਿਆ, ਉਹਦੀ ਹੱਡੀ ਪਈ, ਹੱਡੀ ਕਿਰਤ ਘੜ ਦੀ। ਇਲ ਨੇ ਚੱਕ ਕੇ ਨਾ ਸੰਤਾਂ ਦੇ ਬੋਹੜ ਸੀ ਸੰਤਾਂ ਕੋਲੇ, ਜਿਵੇਂ ਹੁਣ ਹਾਰ ਬਣ ਗਿਆ ਨਾ, ਹਾਰ ਬਣ ਗਿਆ ਬੋਹੜ ਸੀ ਪਰ, ਤੇ ਬੋਹੜ ਦੇ ਉੱਤੇ ਰੱਖਤਾ ਡਾਲਾ, ਉਹਦੇ ਆਲਣਾ ਸੀ, ਆਲਣੇ ਦੇ ਵਿੱਚ ਕਿਰਤ ਘੜ ਦਾ ਮਾਸ ਰੱਖ, ਕਿਰਤ ਘੜ ਦੀ ਹੱਡੀ ਰੱਖਦੀ ਹੱਡੀ। ਜਦੋਂ ਹੱਡੀ ਰੱਖੀ ਤਾਂ ਜਿਹੜਾ ਬੋਹੜ ਸੀ ਨਾ ਸੁੱਕਣ ਲੱਗ ਗਿਆ, ਉਹ ਸੁੱਕਣ ਲੱਗ ਗਿਆ ਬੋਹੜ ਦਾ ਦਰਦ, ਕਿਰਤ ਘਣ ਦੀ ਹੱਡੀ ਪਈ ਸੀ ਵੇਖੋ। ਤੇ ਉੱਥੇ ਬਹੁਤ ਪਾਣੀ ਪਾਇਆ, ਸਿਉਖ ਦੀ ਦਵਾਈ ਪਾਈ, ਉਹਦੀ ਚਾਰ ਸਵੇਰੇ ਵੱਟ ਕੀਤੀ ਵੀ ਪਾਣੀ ਡੂੰਘਾ ਚੱਲਿਆ ਨੇ ਗਿਆ ਹੋਵੇ, ਬਹੁਤ ਯਤਨ ਕੀਤੇ, ਬਹੁਤ ਵੈਦ ਲੈਂਦੇ, ਪਰ ਗੁਰੂਖੋ ਬੋਹੜ ਦਾ ਦਰਦ ਛੇਤੀ ਸੁੱਕਦਾ ਨਹੀਂ ਹੈ, ਪਰ ਬੋਹੜ ਦਾ ਦਰਦ ਦਿਨੋ ਦਿਨ ਸੁੱਕਦਾ ਜਾਵੇ। ਉੱਥੇ ਇੱਕ ਬਾਬਾ ਜੀ ਵਰਗੇ ਮਹਾਂਪੁਰਖ ਆ ਗਏ, ਬ੍ਰਹਮ ਗਿਆਨੀ, ਉਹ ਕਹਿੰਦੇ ਕਿਆ ਕਰਦੇ ਹੋ? ਉਹ ਕਹਿੰਦੇ ਕਰਨਾ ਕੀ ਹੈ ਜੀ, ਮਸਾਂ ਬੋਹੜ ਲਾਇਆ ਸੀ ਤੇ ਇੱਥੇ ਸਤਸੰਗ ਹੁੰਦਾ ਸੀ ਬੋਹੜ ਥੱਲੇ, ਤੇ ਹੁਣ ਫਿਰ ਔਖਾ ਹੋ ਗਿਆ। ਮਹਾਂਪੁਰ ਕਹਿੰਦੇ ਬਹਿ ਜਾਓ ਸਾਰੇ, ਆਪਾਂ ਪੁੱਛ ਲੈਂਦੇ ਹਾਂ ਅਕਾਲ ਪੁਰਖ ਨੂੰ, ਚੌਂਕੀ ਲਿਆਓ, ਆਸਣ ਆਸਣ ਰੱਖਿਆ ਗਿਆ ਭਗਵਾਨ ਦਾ, ਤੇ ਮਹਾਂਪੁਰਖ ਹੁਣ ਧਾਰਨਾ ਥੋੜੀਆਂ ਜ਼ਿਆਦਾ ਲਾ ਦਿੰਦੇ, ਤੇ ਮਹਾਂਪੁਰਖਾਂ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਮਹਾਂਪੁਰਖਾਂ ਦੀ ਸਮਾਧੀ ਲੱਗ ਗਈ। ਸਮਾਧੀ ਊਂ ਲੱਗੀ ਵੀ ਹੁੰਦੀ ਹੈ 24 ਘੰਟੇ, ਉਹ ਵੇਖਣ ਨੂੰ ਹੁੰਦਾ ਵੀ ਲੱਗ ਗਈ, ਲੱਗੀ ਹੁੰਦੀ ਹੈ, ਤੇ ਗੁਰਮੁਖੋ ਸਮਾਧੀ ਲੱਗ ਗਈ। ਉਹਨਾਂ ਨੂੰ ਪੁੱਛਿਆ ਮਹਾਂਪੁਰਖੋ, ਕੀਰਤਨ ਤਾਂ ਹੁਣ 12 ਤੋਂ ਉੱਤੇ ਟਾਈਮ ਹੋ ਗਿਆ, ਸੁਬਹਾ 8 ਵਜੇ ਦੇ ਕੀਰਤਨ ਕਰਦੇ ਆ, ਤੁਹਾਡੇ ਤਾਂ ਅੰਗ ਵੀ ਨੀ ਹਿੱਲਿਆ, ਬੇਨਤੀ ਤਾਂ ਇੰਨੀ ਸੀਗੀ, ਬੋਹੜ ਕਿਉਂ ਸੁੱਕਦਾ?
ਕਹਿੰਦੇ ਬੋਰਡ ਦੇ ਰਾਜੇ ਕੋਲੇ ਗਏ ਸੀ ਅਸੀਂ ਦਰਗਾਹ ਦੇ ਵਿੱਚ, ਉਹਨੂੰ ਪੁੱਛਣ ਗਏ ਵੀ ਕਿਉਂ ਸੁਗਤ ਹੈ। ਉਹ ਕਹਿੰਦਾ ਬੋਰਡ ਦੇ ਉੱਤੇ ਕਿਰਤ ਕਰਨ ਦੀ ਹੱਡੀ ਲਾਹੋ, ਜਦੋਂ ਹੱਡੀ ਲਾ ਕੇ ਉਹਨੂੰ ਭੁੰਜੇ ਸਿੱਟੋਗੇ ਸਿੱਟੋਗੇ ਉਹਨੂੰ ਕੀ ਕਰਨਾ, ਹੱਡੀ ਨੂੰ ਵੇਖਿਓ, ਹੱਡੀ ਨੂੰ ਪੀ ਦਿਓ, ਪੀ ਕੇ ਬੋਤਲ ਚ ਪਾ ਲਿਓ ਤੇ ਬੋਤਲ ਚ ਪਾ ਕੇ ਉਹਨੂੰ ਹਰਿਦੁਆਰ ਗੰਗਾ ਤੇ ਤਾਰ ਦਿਓ। ਉੱਤੋਂ ਬਾਜ ਆਈ ਆਕਾਸ਼, ਉਹਨਾਂ ਨੇ ਹੱਡੀ ਲਾਹੀ ਗੁਰਮੁਖ। ਜਦੋਂ ਹੱਡੀ ਲਾਹ ਕੇ ਸੰਤਾਂ ਨੇ ਲੈ ਲਈ, ਪਰਪਕਾਰੀ ਸੀ ਮਹਾਂਪੁਰਖ, ਹੱਡੀ ਫੜ ਲਈ, ਫੜ ਕੇ ਆਪਣੇ ਕਮਰੇ ਚ ਰੱਖਤੀ ਤੇ ਰਾਤੇ ਰਾਤ ਹੀ ਬੋਰਡ ਲੱਗਣਾ ਕੱਢਿਆ। ਆ ਵੇਖੋ ਕਿਰਤ ਕਰਨਾ, ਰਾਤੇ ਰਾਤ ਹੀ ਗੁਰਮੁਖੋ ਲੱਗਣਾ ਕੱਢਿਆ, ਬੋਰਡ ਹਰਾ ਹੋ ਗਿਆ। ਵੇਖੋ ਕਿਰਤ ਕਰ ਕਿੱਥੋਂ ਦਈ ਜਾਂਦਾ। ਆ ਦਰਬਾਰ ਤਾਂ ਸਜਿਆ ਵੀ ਇੰਨਾ ਭਾਰ ਹੈ ਕਿਰਤ ਕਰਨ ਲੋਕਾਂ ਦਾ। 7 ਕਰੋੜ ਦੁਨੀਆਂ ਰੋਜ਼ਦੀ ਮਰਦੀ, 5 ਕਰੋੜ ਦੁਨੀਆਂ ਰੋਜ਼ਦੀ ਜਨਮ ਲੈਂਦੀ ਹੈ, 5 ਕਰੋੜ ਮਰਦੀ ਹੈ, 7 ਕਰੋੜ ਦੁਨੀਆਂ ਰੋਜ਼ਦੀ ਜਨਮ ਲੈਂਦੀ ਹੈ, ਜਨਮ ਲੈਂਦੀ ਹੈ। 100 ਸਾਲ ਵਿੱਚ ਇੱਕ ਬਾਬਾ ਆਨੰਦ ਸਿੰਘ ਵਰਗਾ ਮਹਾਂਪੁਰਖ ਜਨਮ ਲੈਂਦਾ ਹੈ। ਹੁਣ ਤੁਸੀਂ ਹਿਸਾਬ ਲਾਓ, ਜਿਹੜਾ 100 ਸਾਲ ਵਿੱਚ ਮਹਾਂਪੁਰਖ ਜਨਮ ਲੈਂਦਾ ਨਾ, ਤੇ 100 ਸਾਲ ਦੇ ਅੰਦਰ ਜਿੰਨੇ ਕਿਰਤ ਕਰਨ ਹੁੰਦੇ ਆ ਉਹ ਫਿਰ ਦੁਆਨ ਚ ਸੱਦ ਲੈਂਦਾ, ਸੱਦ ਕੇ ਸਾਰਿਆਂ ਨੂੰ ਅੰਮ੍ਰਿਤ ਦਾ ਛਿੱਟਾ ਦਿੰਦਾ, ਉਹਨਾਂ ਨੂੰ ਦੇਵਤੇ ਬਣਾ ਕੇ ਸੰਤਪੁਰੀ ਲੈ ਜਾਂਦਾ। ਉਹ ਮਹਾਂਪੁਰਖ, ਉਹ ਇਕੱਲੇ ਬਾਬਾ ਆਨੰਦ ਸਿੰਘ ਵਰਗੇ ਵਿਰਲੇ ਹੋਏ। ਗੱਲ ਕਿਰਤ ਕਰਨ ਦੀ ਚੱਲੀ ਸੀ, ਚਲਾਈ ਆਉਂ ਸੀ ਵੀ ਬਾਬਾ ਜੀ ਦੀ ਰਸਨਾ ਦਾ ਵਚਨ ਲੈ, ਬਾਬਾ ਨੇ ਕਿਹੜਾ ਵਚਨ ਕੀਤਾ ਜੀ, ਕਿਰਤ ਕਰਨ ਕੌਣ ਹੁੰਦਾ ਕਿ ਹਜੇ ਤਾਂ ਮੱਧਾ ਹੀ ਦੱਸਿਆ ਵੀ ਦੱਸਣਾ ਨਾ, ਤੁਹਾਨੂੰ ਪਤਾ ਲੱਗ ਜੂ ਸਦਾ ਚੰਗਾ ਵੀ ਕਿਰਤਾਂ। ਉਹ ਬੋਰਡ ਤਾਂ ਹਰਾ ਹੋ ਗਿਆ ਤੇ ਸੰਤਾਂ ਹੀ ਟਹਿਲਣ ਚਲੇ ਗਏ। ਸੰਤਾਂ ਕੋਲ ਰਾਜਾ ਆਉਂਦਾ ਸੀ, ਇੱਕ ਲੜਕੀ ਆਉਂਦੀ ਸੀ, ਲੜਕੀ ਤੇ ਗੁਰੂ ਇੱਕ ਉਹਦੀ ਘਰਵਾਲੀ ਆਉਂਦੀ ਸੀ। ਉਹ ਰਾਜੇ ਨੇ ਆਖਿਆ ਬੀਬਾ ਸੰਤ ਤਾਂ ਡੇਰੇ ਚ ਤੁਰਨ ਫਿਰਨ ਗਏ ਹੋਏ ਆ, ਵੀ ਇਹਦਾ ਸਾਰਾ ਸਮਾਨ ਕੱਢ ਕੇ ਨਾ ਸਫਾਈ ਕਰ ਦੇ ਡੇਰੇ ਦੀ, ਕੁੱਟ ਗਿਆ ਦੀ ਉਹ ਸਫਾਈ ਕਰ ਲੱਗੇ ਨਾ ਸਾਰਾ ਸਮਾਨ ਕੱਢ ਲਿਆ। ਜਦੋਂ ਬੋਤਲ ਨੂੰ ਹੱਥ ਪਾਇਆ ਨਾ, ਜਿਹਦੇ ਚ ਕਿਰਤ ਕਰਨ ਦੀ ਹੱਡੀ ਸੀ, ਬੀਬੀ ਨੇ ਬੋਤਲ ਨੂੰ ਹੱਥ ਪਾਇਆ, ਉਹਦੇ ਦਰਦ ਉੱਠਿਆ। ਨੌਜਵਾਨ ਰਾਜੇ ਦੀ ਕੁੜੀ ਦੀ ਦਰਦ ਉੱਠਿਆ, ਦਰਦ ਜਦੋਂ ਦਰਦ ਉੱਠਿਆ ਉਹ ਰਾਣੀ ਨੇ ਆਖਿਆ ਦੇਖੀਏ ਬੋਤਲ ਕਾਹਦੀ ਹੈ। ਸੰਤਾਂ ਕੋਲੇ ਦਰਦ ਉੱਠਿਆ, ਉਹਨੇ ਬੋਤਲ ਦਾ ਟੱਕਰ ਖੋਲਿਆ, ਉਹਦੇ ਚ ਹੱਡੀ ਰਗੜੀ ਸੀ ਕਿਰਤ ਕਰਨ ਦੀ। ਉਹਨੇ ਭੁਲੇਖੇ ਨੇ ਆਖਿਆ ਸੰਤਾਂ ਦਾ ਚੂਰਨ ਨਾ ਹੋਵੇ, ਉਹਨੇ ਬੀਬੀ ਨੂੰ ਚੁਟਕੀ ਭਰ ਕੇ ਦੇਤੀ, ਚੁਟਕੀ ਭਰ ਕੇ। ਗੁਰਮੁਖ ਬੀਬੀ ਕਹਿੰਦੀ ਮੈਂ ਨੀ ਰਹਿਣਾ ਇੱਥੇ, ਮੈਂ ਨੀ ਰਹਿਣਾ, ਘਰੇ ਭੱਜ ਗਈ ਤੇ ਥੋੜੇ ਦਿਨ ਚੁੱਪ ਕਰਕੇ ਪਈ ਰਹੀ। ਉਹਦੀ ਮਾਂ ਨੇ ਪੁੱਛਿਆ ਕੀ ਹੋ ਗਿਆ, ਕਹਿੰਦੀ ਮੈਨੂੰ ਲੱਗਦਾ ਮੇਰੇ ਪੇਟ ਚ ਬੱਚਾ ਪੈਦਾ ਹੋਣ ਵਾਲਾ ਹੋ ਗਿਆ, ਮੇਰੇ ਪੇਟ ਚ ਕੋਈ ਬੱਚੇ ਦੀ ਦਿਸ਼ਾ ਲੱਗਦੀ ਹੈ।
ਪੁੱਛਿਆ ਵੀ ਜਿੰਨੇ ਚਿਰ ਬੰਦੇ ਨਾਲ ਮੇਲ ਨਹੀਂ ਹੁੰਦਾ ਬੱਚਾ ਤਾਂ ਹੁੰਦਾ ਨੀ ਕਿਵੇਂ? ਉਹ ਕਹਿੰਦੀ ਨਹੀਂ ਮੈਂ ਪਰਮਾਤਮਾ ਦੀ ਸਹੁੰ ਖਾ ਕੇ ਕਹਿੰਦੀ ਹਾਂ ਜਦੋਂ ਚੂਰਨ ਦਿੱਤਾ ਨਾ ਉਹ ਕਿਰਤ ਘਣ ਦੀ ਜਿਹੜੀ ਪੌਣ ਸੀ ਹਵਾ ਉਹ ਪ੍ਰਵੇਸ਼ ਹੋ ਗਈ, ਮੈਥੋਂ ਭਾਰ ਚੁੱਕਿਆ ਨਹੀਂ ਜਾਂਦਾ ਕਿਰਤ ਘਣ ਬੰਦਿਆਂ ਦਾ। ਉਹ ਰਾਜੇ ਨੂੰ ਦੱਸਿਆ, ਉਹਨੇ ਪੁੱਛਿਆ ਲੜਕੀ ਨੂੰ, ਉਹਨੇ ਹਜ਼ਾਰਾਂ ਸਹੁੰਾਂ ਖਾਧੀਆਂ, ਉਹਨਾਂ ਨੂੰ ਪਤਾ ਵੀ ਸੀ ਆਪਦੇ ਪਰਿਵਾਰ ਦਾ ਪਤਾ ਹੁੰਦਾ। ਫਿਰ ਜੰਗਲ ਚ ਰੱਖੀ, ਜੰਗਲ ਚ ਰੱਖ ਕੇ ਉਹਦਾ ਪੇਟ ਪਾੜਿਆ, ਫਿਰ ਗੁਰਮੁਖੋਂ ਬੱਚਾ ਬਾਹਰ ਆ ਗਿਆ, ਬਾਹਰ ਆਇਆ ਤੇ ਗੁਰਮੁਖੋਂ ਰਾਜੇ ਦੇ ਬੱਚਾ ਹੈ ਨਹੀਂ ਸੀ, ਉਹਨਾਂ ਨੇ ਹੋਰ ਕਿਤੇ ਰੱਖ ਲਿਆ ਵੀ ਲੜਕੀ ਵਿਆਹ ਦੀ। ਉਹ ਬੱਚਾ ਫਿਰ ਘਰੇ ਆਇਆ, ਲੜਕੀ ਦੇ ਨਾਲ ਆਇਆ ਤੇ ਰਾਜਾ ਬਿਮਾਰ ਹੋ ਗਿਆ ਤੇ ਉਹਨਾਂ ਨੇ ਆਖਿਆ ਨਾ ਵੀ ਮੁੰਡੇ ਨੂੰ ਗੱਦੀ ਦੇ ਦਿਓ, ਇਹਨੂੰ ਦਿਓ ਗੱਦੀ। ਮੁੰਡਾ ਕਹਿੰਦਾ ਮੈਂ ਨੀ ਗੱਦੀ ਤੇ ਲੈਕਦਾ। ਹੋਰ ਉਹਦੇ ਨਾਲ ਅੱਲਣ ਮੁੰਡੇ ਰੜੇ ਹੋਏ ਸੀ ਪਾਰਟੀ ਕਿਰਤ ਘਣ ਨਾਲ, ਬਦਮਾਸ਼ ਰਲੇ ਹੋਏ ਸੀ, ਲੋਭਰ ਸੀ। ਉਹ ਇੱਕ ਚੰਗਾ ਵਜ਼ੀਰ ਸੀ, ਵਜ਼ੀਰ ਨੂੰ ਗੱਦੀ ਦੇਣ ਲੱਗੇ, ਸਵੇਰੇ ਦੇਣੀ ਸੀ। ਉਹਨੇ ਰਾਤ ਨੂੰ ਉਹ ਵਜ਼ੀਰ ਦਾ ਗਲ ਵੜ ਦਿੱਤਾ, ਉਹ ਕਿਰਤ ਘਣ ਬੰਦੇ ਨੇ ਜਿਹਨੇ ਜਨਮ ਲਿਆ ਲੜਕੀ ਦੇ ਪੇਟੋਂ ਗਲ ਵੜ ਦਿੱਤਾ ਤੇ ਉਹਨੂੰ ਫਿਰ ਸਜ਼ਾ ਮਿਲੀ। ਉਹਨੂੰ ਪੁਲਿਸ ਚ ਫੜਾਇਆ ਗਿਆ, 20 ਸਾਲ ਕਰਤਾ 20 ਸਾਲ। ਉਹਨੇ ਫਿਰ ਜਿੰਨੇ ਉੱਥੇ ਪਏ ਸੀ ਨਾ, ਜਿੰਨੇ ਬੰਦੇ ਜੇਲ੍ਹ ਚ ਸੀਗੇ, ਉੱਥੇ ਪਹਿਲਾਂ ਹੀ ਕਿਰਤ ਘਣ ਸੀ, ਆਪੋ ਵਿੱਚ ਹੀ ਲੜ ਲੜ ਕੇ ਜੇਲ੍ਹ ਹੀ ਵਿਹਲੀ ਕਰਦੀ। ਜੇਲ੍ਹ ਵਿੱਚ ਭੂਤ ਪ੍ਰੇਤ ਇੰਨੇ ਰਹਿਣ ਲੱਗ ਗਏ, ਜਿਹੜਾ ਫੜਿਆ ਜਾਵੇ ਉਹਦੇ ਵਿੱਚ ਵੀ ਬੋਲਿਆ ਕਰਨ, ਮੈਥੋਂ ਭਾਰ ਚੁੱਕਿਆ ਨੀ ਜਾਂਦਾ। ਹੁਣ ਹਜੇ ਹੈ ਤਾਂ ਹੈ, ਹੋਰ ਵੀ ਕਿੱਥੇ ਜਾਂਦਾ ਕਿਰਤ ਘਣ, ਪਰ ਦੱਸਣ ਵਾਲਾ ਨੀ ਤੁਹਾਨੂੰ ਕਿੱਥੇ ਕਿੱਥੇ ਜਾਂਦਾ। ਤੇ ਇਸ ਕਰਕੇ ਸਾਧਸਾਂ ਨੇ ਤਾਂ ਆਪਣਾ ਕਰਮ ਬਹੁਤ ਵੱਡਾ ਹੈ, ਚੰਗਾ ਕਰਮ ਨਾਲ ਇੱਥੇ ਆਏ ਬੈਠੇ ਆ। ਤੇ ਹੁਣ 6 ਵਜੇ ਤੋਂ ਲੈ ਕੇ 12 ਵਜੇ ਤਾਈ ਭੂਤ ਪ੍ਰੇਤਾਂ ਨੂੰ, ਕਿਰਤ ਘਣ ਬੰਦਿਆਂ ਨੂੰ, ਜਮਾਂ ਨੂੰ, ਸਭ ਸ਼ਰਾਬੀਆਂ ਬੰਦਿਆਂ ਨੂੰ ਖੁੱਲ ਦਿੱਤੀ ਹੈ। ਇਹ ਤਾਂ ਗੁਰੂ ਅਕਾਲ ਪੁਰਖ ਨੇ, ਗੁਰੂ ਨਾਨਕ ਨੇ ਤਰਸ ਕੀਤਾ ਤੁਹਾਡੇ ਤੇ, ਆਪਣੇ ਤੇ, ਮੇਰੇ ਤੇ, ਵੀ ਆਪਾਂ ਨੂੰ ਗੋਦ ਬਖਸ਼ਦੀ ਹੈ। ਹਟਾਉਣ ਗੁਰੂ ਨਾਨਕ ਦੀ ਗੋਦ ਚ ਬੈਠੇ ਆ। ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਸੂਈ ਗਾਂ ਨਾ ਗਈ, ਉਦੋਂ ਦੇਵਕਿਆਂ ਦਾ ਵਾਸਾ ਹੋ ਜਾਣਾ। ਜਦੋਂ ਉਹ ਪੈ ਵੀ ਗਏ, ਪਾਸਾ ਵੀ ਲਿਆ, ਵਾਹਿਗੁਰੂ ਨਿਕਲੋ ਮੂੰਹ ਚੋਂ, ਹੁਣ ਇਦੋਂ ਪਹਿਲਾਂ ਨਹੀਂ ਨਿਕਲਣਾ, ਹੁਣ ਬਾਹਲੇ ਪੁੰਨਾਂ ਵਾਲੇ, ਹੁਣ ਵਾਹਿਗੁਰੂ ਨਿਕਲ ਹੀ ਜਾਂਦਾ ਆਪਣੇ ਮੂੰਹ ਚੋਂ। ਕਿੰਨੇ ਪੁੰਨ ਹੈ, ਕਿੰਨੀ ਗੁਰਸਾ ਨੇ ਘੁੱਟ ਕੇ ਬਾਂਹ ਫੜੀ ਹੈ ਆਪਣੀ, ਉਹਦਾ ਸ਼ੁਕਰੀਆਨਾ ਕਰੋ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਦੁਆਨਾਂ ਦਾ, ਵੀ ਇਹ ਦੁਆਨ ਲਾਉਂਦੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਸਾਹਿਬ, ਗੁਰੂ 6ਵੇਂ ਪਾਤਸ਼ਾਹ। ਇਹ ਸਾਰੀ ਕਿਰਪਾ, ਤਰਸ ਪਿਆ ਮੇਰੇ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ। ਆ ਵੇਖੋ, ਅਰਦਾਸ ਕਰਿਓ।
ਗੁਰੂ ਨਾਨਕ ਤੇਰਾ ਨਾਮ ਮਿਲੇ ਵਾਲੇ ਨਾ 605 ਪਾਰ ਲੈਂਦੇ ਆ। ਬਾਬਾ ਜੀ ਸਿੱਧਾ ਵਚਨ ਕਰਦਾ, ਨਾਨਕ ਨਾਮ ਮਿਲੇ ਤਾਂ ਜੀਵਾ ਧਨਵੰਤੀ ਵੇਰਿਆ। ਬਾਬਾ ਜੀ ਜੇ ਤੁਰਦੇ ਸੀ ਨਾ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਐਂ ਕਹਿੰਦੀ। ਜੇ ਸਰੀਰ ਬਾਬਾ ਜੀ ਬਾਹਰ ਰੱਖਦੇ ਸੀ ਨਾ, ਕਮਜ਼ੋਰ ਹੋ ਗਿਆ ਸੀ, ਬਾਰਾਂ ਦਰੀ ਚ ਭੋਰੇ ਚ ਜਾਣਾ, ਬਾਬਾ ਜੀ ਸੱਸਾਂ ਦੇ ਮੋਢੇ ਤੇ ਬਾਹਰ ਰੱਖ ਲੈਣੀ, ਦੋਈ ਪਾਸੇ ਸੰਗਤਾਂ ਪ੍ਰਸ਼ਾਦ ਲੈ ਕੇ ਖੜੀਆਂ ਹੁੰਦੀਆਂ। ਬਾਬਿਆਂ ਨੇ ਕਿਹੜਾ ਤੁਹਾਨੂੰ ਬੇਗਮ ਘਤਾਉਣਗੇ, ਈਸ਼ਰ ਇਹਨਾਂ ਸਾਰਿਆਂ ਨੂੰ ਘਤਾਇਓ। ਬਾਬਿਆਂ ਨੇ ਕਿਹੜਾ, ਅਸੀਂ ਬੋਲਦੇ ਆ ਅਸੀਂ ਪਹਿਲਾਂ ਭੁਗਤਾ ਜਾਂਦੇ ਹਾਂ ਤੁਹਾਨੂੰ, ਪ੍ਰਸ਼ਾਦ ਇਹ ਭੁਗਤਾਉਣਗੇ ਅਸੀਂ ਤੁਹਾਨੂੰ ਭੁਗਤਾ ਦਿੰਦੇ ਹਾਂ। ਉਹ ਕਿਵੇਂ? ਬਾਬਾ ਜੀ ਕਿਹੜੇ, ਕਹੋ ਧੰਨ ਗੁਰੂ ਨਾਨਕ, ਕਹੋ ਧੰਨ ਗੁਰੂ ਨਾਨਕ, ਕਹੋ ਧੰਨ ਗੁਰੂ ਨਾਨਕ, ਕਹੋ ਧੰਨ ਗੁਰੂ ਨਾਨਕ। ਇੱਕ ਬੱਚਾ ਫੜਿਆ ਵਾ ਸੀ, 15 ਸਾਲਾਂ ਦਾ ਸੀ, ਮਸਾਂ ਲੱਦਿਆ ਸੀ ਮੋਰਾਂ ਤੇ, ਤੁਰ ਕੇ ਲਿਆਇਆ ਸੀ ਗਾਲਬ ਪਿੰਡ ਤੋਂ, ਤੁਰ ਕੇ ਤੁਰਿਆ ਨਹੀਂ ਸੀ ਜਾਂਦਾ, ਲੱਤਾਂ ਜੁੜ ਗਈਆਂ ਸੀ। ਜਦੋਂ ਬਾਬਾ ਜੀ ਆਏ, ਬਾਬਾ ਜੀ ਕਹਿੰਦੇ ਕਹੋ ਧੰਨ ਗੁਰੂ ਨਾਨਕ, ਕਹੋ ਧੰਨ ਗੁਰੂ ਨਾਨਕ, ਲਿਆਓ ਤੁਹਾਨੂੰ ਭੁਗਤਾ ਦਈਏ, ਪ੍ਰਸ਼ਾਦ ਇਹ ਭੁਗਤਾਉਣਗੇ ਭੈਗਵਾ, ਅਸੀਂ ਤੁਹਾਨੂੰ ਭੁਗਤਾ ਦਿੰਦੇ, ਕਹੋ ਧੰਨ ਗੁਰੂ ਨਾਨਕ। ਇਉਂ ਆਖਿਆ ਤੇ ਸਾਧ ਜਦੋਂ ਉਹ ਕੋਲੇ ਆਇਆ ਨਾ, ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਧੰਨ ਗੁਰੂ ਨਾਨਕ ਕਹਿੰਦੇ ਅਸੀਂ ਭੁਗਤਣਾ ਆ। ਬਾਬਾ ਜੀ ਕਹਿੰਦੇ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਾਵਣ ਹਾਰ, ਕਹੋ ਧੰਨ ਗੁਰੂ ਨਾਨਕ, ਕਹੋ ਧੰਨ ਗੁਰੂ ਨਾਨਕ, ਕਹੋ ਧੰਨ ਗੁਰੂ ਨਾਨਕ। ਬਾਬਾ ਜੀ ਗਾਹ ਲੰਘੇ, ਉਹਨੇ ਗੱਲ ਭੁਗਤਣਾ ਨਹੀਂ ਸੀ, ਭੁਗਤਣਾ ਸੀ। ਬਾਬਾ ਹਜੂਰਾ ਕਹਿੰਦਾ ਹੁਣ ਬਾਬਾ ਜੀ ਤੈਨੂੰ ਭੁਗਤਾ ਤਾਂ ਗਏ, ਭੁਗਤਾ ਕਹਿੰਦਾ ਮੇਰਾ ਮੁੰਡਾ ਉਵੇਂ ਚੱਕਿਆ, ਚੱਕ ਕਹਿੰਦਾ ਮੱਥਾ ਟੇਕ ਲੈ। ਉਹਨੇ ਮੁੰਡੇ ਨੂੰ ਭੁੰਜੇ ਲਾਇਆ, ਉਹ ਭੱਜ ਕੇ ਭੂਰੇ ਦੀ ਬਾਹਰ ਚ ਮੱਥਾ ਟੇਕਣ ਲੱਗਾ, ਉਹਦਾ ਪਿਓ ਮਗਰ ਹੀ ਮੁੰਡਾ ਆਣ ਕੇ ਭੱਜ ਕੇ ਜਾਣ ਕੇ ਖੜ ਗਿਆ, ਕਹਿੰਦਾ ਤੂੰ ਕਿਵੇਂ ਆ ਗਿਆ? ਕਹਿੰਦਾ ਬਾਪੂ ਜਦੋਂ ਬਾਬਾ ਜੀ ਕਹਿੰਦੇ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਾਵਣ ਹਾਰਾ, ਕਹਿੰਦਾ ਐਂ ਲੱਗਿਆ ਮੇਰੇ ਚ ਜਿਵੇਂ ਕੁਛ ਨਿਕਲ ਗਿਆ ਹੁੰਦਾ, ਮੈਂ ਤਾਂ ਹੌਲਾ ਫੁੱਲ ਵਰਗਾ ਹੋ ਗਿਆ। ਕਿੰਨੀ ਕਮਾਈ ਹੈ ਗੁਰੂ ਕੀ ਆ ਗਿਆ, ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ, 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 ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ। ਸੰਗਤ ਮੰਨਣੀ ਬਹੁਤ ਆਉਂਦੀ, ਇੱਥੇ ਵੀ ਆਉਂਦੀ ਭੁਗਤਣ, ਇੱਥੇ ਵਿਚਾਰੀ ਸੰਗਤ ਬਹੁਤ ਆਉਂਦੀ ਭੁਗਤਣ। ਹੁਣ ਅੱਜ ਬੋਲਣ ਵਾਲਿਆ ਸੀ, ਮੈਂ ਕਿਹਾ ਉੱਠ ਕੇ ਫੜ ਕੇ ਹਾਰ ਬੀਜੀ ਲੰਘ ਜਾਈਏ, ਕਹੀਏ ਤੁਹਾਨੂੰ ਸਾਰਿਆਂ ਨੂੰ ਭੁਗਤਾਉਂਦੇ ਹਾਂ, ਬਹਿਗਮ ਤੁਹਾਨੂੰ ਪ੍ਰਸ਼ਾਦ ਦੇ ਦੇਣਗੇ, ਕਹੋ ਧੰਨ ਗੁਰੂ ਨਾਨਕ ਕਹਿਣ ਲੱਗੇ ਸੀਗੇ ਉੱਥੇ। ਹਾਂ ਬਾਬਾ ਜੀ ਕਹਿੰਦੇ ਹਾਂ ਠੀਕ ਹੈ, ਇਉਂ ਕਿਹਾ ਕਰ ਮੌਤ ਜੀ, ਤੁਸੀਂ ਕਹਿੰਦੇ ਸੀ ਮੈਂ ਰੀਸ ਕਰ ਸਕਦਾ ਤੁਹਾਡੀ, ਕਹਿੰਦੇ ਰੀਸ ਨਾ ਕਰੀ, ਸਾਡੇ ਵੱਲ ਵੇਖੀ ਜਾਈ, ਅਸੀਂ ਮੂਹਰੇ ਬੋਲਾਂਗੇ ਮਗਰ ਤੂੰ ਬੋਲੀ ਜਾਈ। ਮਾਂ ਜੀ ਇੰਨਾ ਭਾਰ, ਇੰਨਾ
ਕਹਿੰਦੇ ਪੈਰ ਜੁੱਤੀ ਨੀ ਪਾਈ, 47 ਸਾਲ ਲਾ ਕੇ ਦਿਨ ਰਾਤ ਕੀਤਾ, ਕਹਿੰਦੇ ਮੈਂ ਖੁਸ਼ ਬਹੁਤ ਹਾਂ। ਇਉਂ ਆਖਿਆ ਸੁਣਾਓ, ਬਹੁਤ ਵੱਡੇ ਭਾਗਾਂ ਵਾਲੇ ਹੈ ਗੁਰਮੁਖੋ, ਬਾਬਾ ਜੀ ਦੇ ਬਚਨ ਮੁੱਕਦੇ ਨਹੀਂ। ਜਦੋਂ ਵਿਆਹ ਹੁੰਦਾ ਨਾ, ਗੀਤ ਕਿਹੜਾ ਮੁੱਕਦੇ ਹੈ, ਭਲਾ ਸਾਰੀ ਰਾਤ ਗਾਈ ਜਾ। ਗੁਰੂ ਦੇ ਗੀਤ ਹੈ ਇਹ, ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੁੱਢ ਤੋਰਿਆ ਸੀ ਗੁਰੂ ਨਾਨਕ ਸਾਹਿਬ ਦਾ, ਬਾਬਾ ਜੀ ਦਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਕਈ ਗਿਆਨ ਵਿੱਚ ਫਸੇ ਬੈਠੇ ਆ, ਕਈ ਧਿਆਨ ਵਿੱਚ ਅੜੇ ਬੈਠੇ ਆ। ਉਹ ਨਹੀਂ ਬਈ, ਸਾਰ ਨਾ ਜਾਣਾ ਤੇਰੀ, ਉਹ ਸਭ ਤੇ ਵੱਡਾ, ਉਹ ਜੇ ਧਿਆਨ ਧਰਨਾ ਤਾਂ ਤੂੰ ਗੁਰੂ ਨਾਨਕ ਦਾ ਧਰਨਾ, ਜੇ ਗਿਆਨ ਕਰਨਾ ਗੁਰਮੁਖਾ ਦੁਆਨ ਲਾਉਣੇ ਆਏ ਤਾਂ ਗੁਰੂ ਨਾਨਕ ਦੇ ਦੁਆਨ ਲਾ ਲਾ, ਦੁਆਨ ਲਾ ਲਾ। ਜੇ ਦੁਆਨ ਲਾਉਣੇ ਆ ਤਾਂ ਧਿਆਨ ਧਰਾਉਣਾ ਤਾਂ ਗੁਰੂ ਨਾਨਕ ਦਾ ਹੀ ਧਿਆਨ ਧਰਾ, ਗੁਰੂ ਰਾਮਦਾਸ ਦਾ ਧਿਆਨ ਧਰਾ। ਇਹਨੂੰ ਕਹਿੰਦੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿੰਨ ਕਲ ਰਾਖੀ ਮੇਰੀ। ਬੇਬੇ ਨਾਨਕੀ ਨੇ ਯਾਦ ਕੀਤਾ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦ ਤੁਰੇ ਨਾ ਤੇ ਲਾਹੌਰ ਆ ਗਏ 5 ਕੁ ਵਾਰ, ਤੇ ਮਰਦਾਨੇ ਨੇ ਬੇਨਤੀ ਕਰਤੀ, ਗਰੀਬ ਨਾਲ ਭੁੱਖ ਲੱਗੀ ਹੈ। ਭੁੱਖ ਕਾਹਨੂੰ ਲੱਗੀ ਸੀ? ਭਾਈ ਵਾਲੇ ਨੂੰ ਨਹੀਂ ਲੱਗਦੀ, ਉਹਦਾ ਅੱਗੇ ਖੇਲ ਸੀ ਮਾਲਕ ਦਾ, ਹੁਕਮ ਸੀ ਭੁੱਖ ਦਾ। ਉਹ ਸਾਨੂੰ ਸਾਰਿਆਂ ਨੂੰ ਲਿਜਾਉਂਦਾ, ਸਾਰੇ ਦਾਤਾਂ ਲੈਣ ਆਉਂਦੇ ਆ। ਇੱਥੇ ਵੀ 28 ਸਾਲ ਹੋ ਗਏ, 29 ਮੈਂ, ਕੋਈ ਸਾਨੂੰ ਬਾਂਹ ਖੜੀ ਕਰਕੇ ਕਹਿ ਮੈਂ ਉਦੋਂ ਦਾ ਭੁੱਖਾ ਮਰਨਾ। ਅੱਜ ਜੇ ਜੇ ਘਰ ਹੈ, ਕਈਆਂ ਦੇ ਘਰਾਂ ਚ ਵੱਡੀਆਂ ਵੱਡੀਆਂ ਗੱਡੀਆਂ, ਕੋਠੀਆਂ ਵੱਡੀਆਂ, ਜੇ ਜੇ ਘਰ ਹੈ। ਰਾਜੇ ਜੋਗੀ ਨੇ ਮੱਥਾ ਲਾ ਕੇ ਪਿਆਰ ਕਰਕੇ ਫੇਰ ਠੂਠਾ ਫੜ ਕੇ ਕਿਵੇਂ ਮੰਗਦਾ ਫਿਰੂ? ਇਹ ਮੇਰੇ ਗੁਰੂ ਨਾਨਕ ਸਾਹਿਬ ਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿੰਨ ਕਰ ਰਾਖੀ ਮੇਰੀ। ਮਰਦਾਨ ਨੇ ਬੇਨਤੀ ਕੀਤੀ, ਪਾਤਸ਼ਾਹ ਭੁੱਖ ਲੱਗੀ ਹੈ, ਤੇ ਬਾਬਾ ਜੀ ਵਰਗਾ ਨੀ ਕੋਈ ਹੋਣਾ। ਕੀ ਆਖਿਆ ਬਾਬਾ ਜੀ ਨੇ? ਉਹਨੇ ਆਖਿਆ ਮੈਂ ਇੱਥੇ ਬਹਿਨੇ, ਇੱਥੇ 2 ਰੋਟੀਆਂ ਕਿਤੋਂ ਮੰਗ ਲਿਆ, ਇੱਕ ਤਾਂ ਜਗ੍ਹਾ ਵੀ ਹੈ ਨੀ ਸੀ ਮੰਗਣ ਵਾਲੀ, 5 ਕੁ ਪਿੰਡ ਹੀ ਹੈ ਨੀ ਸੀ ਕੋਲੇ, ਕੋਈ 3 ਕੁ ਲਾਹੌਰ ਸੀ, ਹੋਰ ਪਿੰਡ ਸੀ ਦੂਰ ਨੂੰ। ਮਰਦਾਨਿਆ ਪਹਿਰਾ ਮੇਰੀ ਭੁੱਖ ਦੂਰ ਕਰ, ਤਜਰਬਾ ਵੀ ਕਰਕੇ ਵੇਖ ਲਿਓ, ਜੇ ਮੋਟਰਸਾਈਕਲ ਚ ਪੈਟਰੋਲ ਮੁੱਕ ਸਕਦਾ ਤੇ ਰਿਜ਼ਰਵ ਚ ਲਾ ਦਈਏ ਤਾਂ 5 ਕਿਲੋਮੀਟਰ 10 ਕਿਲੋਮੀਟਰ ਲੰਘ ਜਾਂਦਾ। ਉਹ ਤੂੰ ਤਾਂ ਗੁਰੂ ਨਾਨਕ ਦਾ ਸਿੱਖ, ਜੇ ਤੈਨੂੰ ਭੁੱਖ ਲੱਗੀ ਹੋਵੇ ਕਿਤੇ ਨਾਮ ਜਪੇ ਰਿਜ਼ਰਵ ਚ ਲੱਗ ਜੇ, ਮੇਰਾ ਕਹਿੰਦਾ ਘੰਟਾ ਤੇਰਾ ਵੀ ਲੰਘ ਸਕਦਾ। ਰਿਜ਼ਰਵ ਚ ਲੱਗ ਜੇ, ਗੁਰੂ ਨਾਨਕ ਦੇ ਚਰਨੀ ਲੱਗ ਜੇ, ਸਿਮਰਨ ਕਰਨ ਲੱਗ ਜੇ, ਤੇਰੀ ਵੀ ਭੁੱਖ ਦੂਰ ਹੋ ਸਕਦੀ ਕਿ ਨਹੀਂ ਹੋ ਸਕਦੀ? ਉਹਦਾ ਮੋਟਰਸਾਈਕਲ ਹੈ, ਤੂੰ ਗੁਰੂ ਨਾਨਕ ਦਾ ਪਿਆਰਾ ਪੁੱਤ ਆ, ਇਹ ਕਿਹੜੀ ਗੱਲ ਹੈ? ਇਸ ਕਰਕੇ ਸਾਹ ਸੰਗਤ ਮਰਦਾਨਿਆ ਪਹਿਲਾਂ ਮੇਰੀ ਭੁੱਖ ਦੂਰ ਕਰ ਜੀ। ਪਾਤਸ਼ਾਹ ਭੁੱਖ ਤਾਂ ਮੈਨੂੰ ਲੱਗੀ ਹੈ, ਬਾਬਾ ਜੀ ਕਹਿੰਦੇ ਮੈਨੂੰ ਭੁੱਖ ਲੱਗੀ ਕੀਰਤਨ ਦੀ, ਇਹੋ ਜਿਹਾ ਨਹੀਂ ਕੋਈ ਹੋਣਾ।
ਮੈਨੂੰ ਭੁੱਖ ਲੱਗੀ ਹੈ ਬਾਬਾ ਜੀ ਕਹਿੰਦੇ ਕੀਰਤਨ ਦੀ, ਮੈਂ ਆ ਕੀਰਤਨ ਦਾ ਆਸ਼ਿਕ। ਆਸਣ ਲਾਇਆ ਗਿਆ, ਬਾਬਾ ਜੀ ਬੈਠ ਗਏ। ਕਹੋ ਵਰਦਾਨਾ ਤੁਸੀਂ ਨਿਰੰਕਾਰ, ਬੋਲ ਭਾਈ ਵਾਲਿਆ ਸਤ ਕਰਤਾਰ। ਕੀਰਤਨ ਹੋ ਗਿਆ, ਬਾਬਾ ਜੀ ਸਮਾਧੀ ਚ ਹੋ ਗਏ। ਖੇਲ ਮੇਰੇ ਪਾਤਸ਼ਾਹ ਦਾ, ਬਾਬਾ ਜੀ ਦਾ। ਸਿੱਧਾ ਨੇ ਆਖਿਆ ਸ਼ਕਤੀ ਵਿਖਾਓ, ਬਾਬਾ ਜੀ ਕਹਿੰਦੇ ਹੈ ਨੀ ਸ਼ਕਤੀ। ਕਹਿੰਦੇ ਬਸ ਐਵੇਂ ਤੁਸੀਂ ਸਾਡੇ ਨਾਲ ਆ ਜਾਓ, ਮੁੰਦਰਾ ਪਾ ਲਓ ਮੁੰਦਰਾ। ਬਾਬਾ ਜੀ ਕਹਿੰਦੇ ਸ਼ਕਤੀ ਕਹਿੰਦੇ ਕਿਹਨੂੰ ਆ? ਉਹ ਕਦੇ ਆਪਣੀਆਂ ਖੜਾਵਾਂ ਹੀ ਡਾ ਦੀਆਂ, ਕਹਿੰਦੇ ਉਹ ਵੇਖੋ ਉਹ ਸ਼ਕਤੀ। ਹਾਂ, ਇੱਕ ਨੇ ਆਪਣੀ ਖਾਲੀ ਡਾਤੀ, ਇੱਕ ਨੇ ਬਰਾਗਣੀ ਡਾਤੀ, ਇੱਕ ਨੇ ਛਿੱਪੀ। ਕਹਿੰਦੇ ਵੇਖਿਆ ਵੇਖਿਆ ਭਗਤੀ ਭਗਤੀ। ਬਾਬਾ ਜੀ ਕਹਿੰਦੇ ਵਿਖਾਵਾ ਭਗਤੀ। ਮਰਦਾਨੇ ਰਬਾਬ ਸ਼ੇਰ, ਇਹ ਨਾਨਕ ਮੱਤੇ ਦਾ ਜ਼ਿਕਰ ਹੈ। ਜੇ ਰਬਾਬ ਵੱਜੀ ਨਾ, ਰਬਾਬ ਜਿਹਦੀਆਂ ਖੜਾਵਾਂ ਸੀ ਉਹਦੇ ਸਿਰ ਚ ਵੱਜੀਆਂ ਆਣ ਕੇ, ਪੂਰੇ ਜ਼ੋਰ ਨਾਲ ਵੱਜੀਆਂ। ਕਹਿੰਦੇ ਸਿਆਣੇ ਤੇਰੀਆਂ ਖੜਾਵਾਂ, ਇੱਕ ਨੂੰ ਲੱਕੜ ਦੀ ਬਰਾਗੜ ਸਿਰ ਚ ਮਾਰੀ। ਕਹਿੰਦੇ ਸਿਆਣੇ ਤੇਰੀ ਬਰਾਗੜ। ਕਹਿੰਦੇ ਬਾਬਾ ਜੀ ਆ ਬੰਦ ਕਰੋ ਆਪਦੀ ਰਬਾਬ, ਬੰਦ ਕਰੋ, ਸਾਡੇ ਦਾ ਸਿਰ ਚ ਖੂਨ ਨਿਕਲਣ ਲੱਗ ਗਿਆ। ਬਾਬਾ ਜੀ ਕਹਿੰਦੇ ਸਾਰੀ ਸ਼ਕਤੀ ਭਗਤੀ ਚ, ਭਗਤੀ ਬਗੈਰ ਸ਼ਕਤੀ ਕੰਮ ਨਹੀਂ ਕਰਦੀ। ਪੱਲੇ ਬੰਨਣ ਵਚਨ, ਤੁਸੀਂ ਘਰੇ ਭਗਤੀ ਕਰੋ, ਸ਼ਕਤੀ ਤੁਹਾਡੇ ਚੋਰੀ ਤੁਹਾਡੇ ਨਾਲ ਰਹੂਗੀ, ਨਾ ਰਹੂ। ਵਧੀਆ ਵਚਨ ਹੈ। ਬਾਬਾ ਜੀ ਕਹਿੰਦੇ, ਉਹ ਕਹਿੰਦੇ ਆਪਦੀ ਰਬਾਬ ਬੰਦ ਕਰੋ। ਬਾਬਾ ਜੀ ਕਹਿੰਦੇ ਕਿਉਂ? ਕਹਿੰਦੇ ਸਾਡੇ ਤਾਂ ਸਿਰ ਚ ਵੱਜੀ ਜਾਂਦੀਆਂ, ਜਿਹੜੀ ਆਵੇ ਠਾਗ ਨਾ ਵੱਜੇ, ਸਿੱਧ ਦਾ ਮੱਥਾ ਵੱਜੇ ਪੁੰਜੇ, ਇੰਨੇ ਜ਼ੋਰ ਨਾਲ। ਕਹਿੰਦੇ ਆ ਸਰੰਗੀ ਬੰਦ ਕਰੋ। ਬਾਬਾ ਜੀ ਕਹਿੰਦੇ ਇਹ ਤਾਂ ਫਿਰ ਰਹਿੰਦੀ ਦੁਨੀਆਂ ਤਾਂ ਹੀ ਵੱਜਦੀ ਰਹੂ, ਮੈਂ ਤਾਂ ਮਗਰੋਂ ਵੀ ਵੱਜੂਗੀ। ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵੱਜੀ ਜਾਂਦੀ 24 ਘੰਟੇ, ਬੜਾ ਕੁਛ ਹੋਇਆ। ਕਿਰਤਕਾਂ ਦੇ ਬਾਬ ਵੀ ਸਿੱਟੇ ਕਾਲਤਾ ਤੇ ਬੜਾ ਕੁਛ ਕੀਤਾ, ਪਰ ਉਹ ਉੱਜੜ ਗਏ। ਪਰ ਗੁਰੂ ਕੋ ਕਾਲ ਤਾਂ ਹੁਣ ਵੀ ਹੈ, ਇਹ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਉਹ ਜਾੜ ਵੀ ਸਕਦਾ ਤੇ ਗੁਰਮੁਖੋ ਬਣਾ ਵੀ ਸਕਦਾ। ਸਾਨੂੰ ਸਿਆਣੇ ਬਣਨਾ ਚਾਹੀਦਾ ਲੋਕਾਂ ਨੂੰ। ਇਸ ਕਰਕੇ ਸਾਧ ਸੰਗਤ, ਬਾਬਾ ਜੀ ਦਾ ਆਸਣ ਲਾਇਆ ਗਿਆ, ਮਰਦਾਨੇ ਰਬਾਬ ਵਜਾਈ, ਇੱਕ ਜੀਵੀਦਾਰ ਗੁਰਮ ਪਿਆਰਾ ਮੱਝਾਂ ਲੈ ਕੇ ਮੋੜਨ ਆਇਆ, ਮੋੜਨ ਆਇਆ। ਉਹ ਮੁੜਨ ਹੀ ਨਾ ਕਿੱਥੇ ਮੁੜੀਆਂ? ਜਿੱਥੇ ਬਾਬਾ ਨਾਨਕ ਜੀ ਬੈਠੇ ਸੀ, ਉਹਨੇ ਵੇਖਿਆ ਤਿੰਨ ਸਾਧੂ ਬੈਠੇ ਜੰਗਲ ਚ। ਬਾਬਾ ਜੀ ਨੂੰ ਮੱਥਾ ਟੇਕਿਆ, ਧਰਤੀ ਧਰਮ ਦੇ ਆਸਰੇ ਖੜੀ ਹੈ, ਕੋਈ ਬਹੁਤ ਧਰਮੀ ਪੁਰਸ਼ ਵੀ ਹੈ। ਅਸੀਂ ਕਨੇਡਾ ਕਨੇਡਾ ਕਰਦੇ ਹਾਂ ਨਾ, ਜੇ 6 ਕਿੱਲੇ ਹੁਣ, 7 ਕਿੱਲੇ ਹੁਣ, 5 ਕਿੱਲੇ ਹੁਣ, ਚੰਗੀ ਤਰ੍ਹਾਂ ਕਰੋ ਨਾ, ਦੋ ਦੋ ਫਸਲਾਂ ਕੱਢੋ ਤੇ ਪੂਰਾ ਜ਼ਿਮੀਦਾਰ। ਮੈਂ ਕਹਿੰਦਾ ਚੰਗੇ ਸਾਧੂ ਨਾਲੋਂ ਉਹ ਤਕੜਾ ਹੈ, ਸਾਧੂ ਮਗਰੋਂ ਜਾਊ ਉਹ ਸੱਚਖੰਡ ਪਹਿਲਾਂ ਜਾਊਗਾ। ਧਰਮ ਦੀ ਕਿਰਤ ਤਾਂ ਨਾ ਬਹੁਤ ਵੱਡੀ ਚੀਜ਼ ਹੈ। ਜ਼ਿਮੀਦਾਰ ਦੀ ਕਮਾਈ ਤੇ ਫੌਜੀ ਦੀ ਕਮਾਈ ਤੇ ਸਾਧੂ ਦੀ ਕਮਾਈ ਨਾ ਕਹਿੰਦੇ ਸੱਚਖੰਡ ਲੈ ਜਾਂਦੀ ਹੈ, ਲੈ ਜਾਂਦੀ ਹੈ। ਪਰ ਬਿਰਲਿਆਂ ਵਾਸਤੇ ਹੈ ਜ਼ਿਮੀਦਾਰ,
ਚੰਗਾ ਐਵੇਂ ਕਨੇਡਾ ਕਨੇਡਾ ਭੱਜੇ ਫਿਰਦਾ, ਬੁਰਾ ਹਾਲ ਹੋਈ ਜਾਂਦਾ ਸਾਡਾ ਲੋਕਾਂ ਦਾ। ਉਹ ਪੈੜੀਆਂ ਵੇਚੀ ਜਾਂਦੇ ਨਾ ਵੇਚੋ, ਇਹ ਤੁਹਾਨੂੰ ਉੱਥੋਂ ਭੇਜ ਦੇਣਾ, ਮੁੜ ਕੇ ਆਉਣ ਨਹੀਂ ਦੇਣਾ। ਜੇ ਆ ਗਏ ਤੁਸੀਂ ਇੱਥੇ ਦਿਹਾੜੀ ਕਰਦੇ ਤੁਰੇ ਫਿਰੋਗੇ ਜੱਟਾਂ ਦੇ ਮੁੰਡੇ। ਉਹ ਇਹ ਗੱਲ ਨੂੰ ਸੋਚੋ ਦੁਨੀਆਂ ਦੇ ਲੋਕੋ, ਵੇਖੋ ਉਹ ਜਿਮੀਦਾਰ ਨੇ ਹੱਥ ਜੋੜੇ ਮੱਥਾ ਟੇਕਿਆ, ਬਾਬਾ ਜੀ ਮੈਂ ਹੈਰਾਨ ਹਾਂ ਤੁਹਾਡੇ ਦਾ ਪ੍ਰਸ਼ਾਦ ਦਾ ਕੀ ਪ੍ਰਬੰਧ ਹੈ। ਧੰਨ ਗੁਰੂ ਨਾਨਕ ਕਹਿੰਦੇ, ਆ ਵੇਖ ਕੀ ਕਹਿੰਦੇ, ਹੇ ਗੁਰਮੁਖਾ ਸਿੱਖਾ, ਅਸੀਂ ਆ ਅਕਾਲ ਪੁਰਖ ਦੇ ਬੰਦੇ। ਇਉਂ ਆਖਿਆ। ਹੁਣ ਅਸੀਂ ਕੀ ਕਹਿੰਦੇ ਹਾਂ, ਅਸੀਂ ਝਾੜੂ ਵਾਲੇ ਦੇ ਬੰਦੇ, ਅਸੀਂ ਕਾਂਗਰਸ ਦੇ, ਅਸੀਂ ਕਾਲੀ ਐਂ ਬੋਲੇ, ਐਵੇਂ ਬੋਲੇ ਫਿਰਦੇ, ਗੱਲ ਨੀ ਬਾਤ ਨੀ। ਵੇਖੋ ਪੈਂਦੀਆਂ ਹਾਕੀਆਂ ਤੇ ਬਾਲੀ ਬਾਹਰੋਂ ਹੀ ਫੁੱਲਿਆ ਫਿਰਦਾ। ਪੈਂਦੇ ਸਾਡੇ ਛਿੱਤਰ ਹਾਕੀਆਂ ਛਿੱਤਰ ਹੀ ਹੁੰਦੇ, ਅਸੀਂ ਉਹੀ ਫੁੱਲੇ ਫਿਰਦੇ ਹਾਂ। ਤੇ ਗੁਰਮੁਖੋ ਬਾਬਾ ਜੀ ਨੂੰ ਆਖਿਆ, ਤੁਸੀਂ ਬਾਬਾ ਜੀ ਤੁਹਾਡੇ ਪ੍ਰਸ਼ਾਦਾ ਕੀ ਪ੍ਰਬੰਧ ਹੈ। ਬਾਬਾ ਜੀ ਕਹਿੰਦੇ, ਸਾਡਾ ਪ੍ਰਬੰਧ ਨਿਰੰਕਾਰ ਨੂੰ, ਅਸੀਂ ਨਿਰੰਕਾਰ ਦੇ ਤੁਸੀਂ ਵੀ ਕਿਹਾ ਕਰੋ, ਇੱਕ ਦੋ ਪੰਜ ਦਸ ਵਾਰੀ ਕਿਹਾ ਕਰੋ। ਤੁਹਾਨੂੰ ਕੋਈ ਪੁੱਛੇ ਕਿਹਦੇ ਬੰਦੇ ਆ, ਪਹਿਲਾਂ ਕਹੋ ਅਸੀਂ ਨਿਰੰਕਾਰ ਦੇ ਗੁਰ ਸਿੱਖ, ਕਿਹਦਾ ਉਹ ਗੁਰੂ ਨਾਨਕ ਦਾ ਸਿੱਖ, ਇਉਂ ਕਿਹਾ ਕਰੋ। ਤੇ ਇਸ ਕਰਕੇ ਸਾਧ ਸੰਗਤ, ਬਾਬਾ ਜੀ ਕਹਿੰਦੇ ਅਸੀਂ ਅਕਾਲ ਪੁਰਖ ਦੇ ਬੰਦੇ ਆ, ਜਤ ਸੁਭਾਵਾ ਤਦ ਹੀ ਗਾਵੈ, ਗਾਵੈ ਕਾ ਫਲ ਪਾਵੈ, ਗਾਵੀ ਕਾ ਫਲ ਹੋਈ, ਜਾ ਆਪੇ ਦੇਵੈ ਸੋਈ, ਗੁਰਵਚਨੀ ਨਿੰਦ ਪਾਈ ਤਾਂ ਤੇ ਸੱਚ ਮੈਂ ਰਿਹਾ ਸਮਾਈ। ਬਾਬਾ ਜੀ ਕਹਿੰਦੇ ਜਾਤ ਸੁਭਾਵੈ ਤਦ ਹੀ ਗਾਵੈ, ਅਸੀਂ ਜਿਹੜਾ ਗਾਉਂਦੇ ਹਾਂ ਉਹ ਗੁਰੂ ਨਾਨਕ ਨਿਰੰਕਾਰ ਤਾਂ ਹੀ ਜਾਂਦਾ, ਤੇ ਗੁਰੂ ਨਾਨਕ ਨੂੰ ਸਾਡੇ ਤੇ ਤਰਸ ਆਉਂਦਾ। ਜੇ ਤੁਸੀਂ ਅੰਮ੍ਰਿਤ ਵੇਲੇ ਨੱਚਣੇ ਉਹ ਕਰਦੇ ਨਾ ਸਾਰੇ, ਉਦੋਂ ਰੱਬ ਨੂੰ ਤਰਸ ਆ ਜਾਂਦਾ ਵੀ ਵੇਹਲਾ, ਵੀ ਅੰਮ੍ਰਿਤ ਦਾ ਵੇਲਾ, ਸਾਉਣ ਦਾ ਵੇਲਾ ਹੈ, ਮੇਰਾ ਸਿੱਖ ਹੈ ਦੇਹ ਤੋੜ ਕੇ ਟੁੱਟਿਆ ਭੱਜਿਆ ਸਰੀਰ, ਤੇ ਗੁਰਮੁਖੋ ਠੰਡੇ ਪਾਣੀ ਨਹਾ ਕੇ ਮੇਰੀ ਯਾਦ ਵਿੱਚ ਬੈਠਾ। ਗੁਰੂ ਨਾਨਕ ਨੂੰ ਜੇ ਖੁਸ਼ ਕਰਨਾ ਉਹ ਗਾਹੇ ਲੱਖਾਂ ਨਾਲ ਨੀ ਖੁਸ਼ ਹੋਣਾ, ਉਹ ਖੁਸ਼ ਹੋਊਗਾ ਅੰਮ੍ਰਿਤ ਵੇਲੇ ਦੇ ਨਿਤਨੇ ਹੋਣਾ। ਅੰਮ੍ਰਿਤ ਜਿੰਨਾ ਪੀਤਾ ਰਸ ਆਇਆ, ਸਹਿ ਸੁਭਾਏ ਸੱਚਾ ਬੇਪਰਵਾਹ ਹੈ, ਅੰਮ੍ਰਿਤ ਗੁਰਮੁਖਾਂ ਮੁਖ ਪਾਈ। ਸ਼ਰਾਬ ਰਾਖਿਆ ਦੇ ਮੁਖ ਚ ਪੈਂਦੀ ਹੈ, ਅੰਮ੍ਰਿਤ ਅੰਮ੍ਰਿਤ ਵੇਲੇ ਗੁਰਮੁਖਾਂ ਦੇ ਮੁਖ ਵਿੱਚ ਪੈਂਦਾ। ਇਸ ਕਰਕੇ ਸਾਧ ਸੰਗਤ, ਉੱਥੇ ਬਾਬਾ ਜੀ ਕਹਿੰਦੇ ਅਸੀਂ ਕਾਨਪੁਰ ਦੇ ਬੰਦੇ ਆ, ਉਹਨੇ ਮੱਥਾ ਟੇਕਿਆ, ਦਰਸ਼ਨਾਂ ਵਿੱਚ ਪਾਵਰ ਬੜੀ ਹੈ। ਘਰੇ ਗਿਆ ਕਹਿੰਦਾ ਮਾਂ, ਇੱਕ ਅਜਿਹੇ ਬੰਦੇ ਮਹਾਂਪੁਰਖ ਵੇਖੇ, ਜਲ ਪਾਣੀ ਦਾ ਜਮਾਂ ਹੀ ਪ੍ਰਬੰਧ ਨਹੀਂ ਹੈ, ਪਤਾ ਨੀ ਕਦੋਂ ਕਦੇ ਬੈਠੇ ਆ, ਸ਼ਕਤੀ ਵਰਤਦੀ। ਮਾਂ ਕੋਈ ਕਰਮਾਂ ਵਾਲੀ ਸੀ, ਪੁੱਤ ਉਦੂ ਕਰਮਾਂ ਵਾਲਾ ਸੀ। ਮਾਂ ਕਹਿੰਦੀ, ਪੁੱਤ ਜਿਹੜੇ ਟਿਕੇ ਹੁੰਦੇ ਨਾ ਮਹਾਂਪੁਰਖ, ਟਿਕੇ ਹੁੰਦੇ ਆ ਤੇ ਉਹਨਾਂ ਦਾ ਰੱਬ ਰਾਖਾ ਹੁੰਦਾ। ਇਉਂ ਆਖਿਆ। ਆ ਜਿਹੜੇ ਦੁਕਾਨਾਂ ਤੇ ਮੰਗਦੇ ਫਿਰਦੇ ਹੁੰਦੇ ਇਹ ਸੰਤ ਨੀ ਹੁੰਦੇ। ਮਾਂ ਕਹਿੰਦੀ, ਉਹ ਤਾਂ ਮੰਗ ਤੇ ਹੁੰਦੇ ਆ, ਜੇ ਟਿਕੇ ਬੈਠੇ ਤੇ ਬੰਦਗੀ ਕਰਦੇ ਆ, ਉਹਨਾਂ ਕੋਲੇ ਜਾਈਏ ਨਾ, ਉਹਨਾਂ ਨੂੰ ਕੋਈ ਮੱਥਾ ਟੇਕੀਏ, ਬੰਦੇ ਦਾ ਲੋਕ ਪ੍ਰਲੋਕ ਸਵਾਰ ਦਿੰਦੇ ਆ। ਪੁੱਤ ਮਹਾਂਪੁਰਖ ਚਲੇ ਨਾ ਜਾਣ ਕਿਤੇ, ਐਂ ਗੱਲ
ਝੋਕਾ ਲਾ ਲਿਆ, ਪ੍ਰਸ਼ਾਦਾ ਤਿਆਰ ਕਰੀਏ। ਇੱਕ ਮਿੰਟ ਚ ਪ੍ਰਸ਼ਾਦਾ ਤਿਆਰ ਕੀਤਾ। ਉਹ ਸਿੱਖ ਭੱਜ ਕੇ ਆਇਆ ਗੁਰੂ ਜੀ ਕੋਲੇ। ਗੁਰੂ ਜੀ ਮੱਥਾ ਟੇਕਿਆ। ਗੁਰੂ ਜੀ ਕਹਿੰਦੇ ਸਿੱਖਾ ਕਿਵੇਂ ਆਇਆ? ਕਹਿਣ ਲੱਗੇ ਜੀ ਪ੍ਰਸ਼ਾਦਾ ਛਕੋ। ਗੁਰੂ ਜੀ ਕਹਿੰਦੇ ਅਸੀਂ ਤਾਂ ਤੈਨੂੰ ਕਿਹਾ ਨੀ ਵੀ ਲਿਆ, ਭੁੱਖ ਲੱਗੀ ਹੈ। ਕਹਿਣ ਲੱਗਾ ਜੀ ਅਸੀਂ ਗ੍ਰਸਤੀ ਲੋਕ ਹੁੰਦੇ ਹਾਂ, ਕਬੀਲਦਾਰ ਹਾਂ, ਅਸੀਂ ਪਾਠ ਇੰਨਾ ਨਹੀਂ ਕਰ ਸਕਦੇ, ਨਿਤਨੇਮ ਇੰਨਾ ਨਹੀਂ ਕਰ ਸਕਦੇ। ਜਦੋਂ ਤੁਸੀਂ ਜਲ ਪਾਣੀ ਛਕੋਗੇ ਸਾਨੂੰ ਕਿਣਕਾ ਇਹਦੇ ਵਿੱਚੋਂ ਮਿਲੇਗਾ। ਆ ਮਾਈਆਂ ਵਿਚਾਰੀਆਂ ਇੱਥੇ ਪ੍ਰਸ਼ਾਦਾ ਬਣਾ ਕੇ ਲਿਆਉਂਦੀਆਂ, ਖਾਲੀ ਨਹੀਂ ਜਾਣਗੀਆਂ। ਇਹ ਦਰਬਾਰ ਚ ਗੁਰੂ ਨਾਨਕ ਇੱਕ ਹਿੱਸਾ ਝੋਲੀ ਚ ਪਾਵੇਗਾ ਇਹਨਾਂ ਮਾਈਆਂ ਦੇ ਸਾਰਿਆਂ ਦੇ। ਪ੍ਰਸ਼ਾਦਾ ਲਿਆਉਣਾ ਭੇਗਮ ਵਾਸਤੇ ਲਿਆਉਣਾ। ਦੇਖੋ ਇਹਦੇ ਹੈਰਾਨ ਗੁਰਮ ਪਿਆਰੇ ਆਪੋ ਪਿੱਛੀ ਗੱਲਾਂ ਕਰਦੇ ਸੀ। ਜਥੇਦਾਰ ਕਹਿੰਦੇ ਕਹਿੰਦੇ ਚੱਲ ਦੁਕਾਨ ਤੇ ਚੱਲੀਏ, ਕਹਿੰਦੇ ਧੂੰਆਂ ਨਿਕਲਦਾ ਵਿਖਾ, ਪ੍ਰਸ਼ਾਦਾ ਬਣਦਾ ਵਿਖਾ, ਆਪੇ ਚੱਲ ਕੇ ਆਉਂਦਾ। ਕਹਿੰਦੇ ਆਪਾਂ ਇੱਥੇ ਕਹਿੰਦੇ ਬਾਬਾ ਟੱਲ ਤੇ ਗਾਂਹ ਨੀ ਬੋਲਦੇ, ਕਹਿੰਦੇ ਬਾਬੇ ਟੱਲਦਾ। ਬਾਬਾ ਟੱਲ ਜੇ ਦਰਸ਼ਨ ਕਰਨੇ ਤੇ ਪੱਕੀਆਂ ਪਕਾਈਆਂ ਇੱਥੇ ਮੇਰਾ ਘੱਲ। ਬਾਬਾ ਨਾਨਕ ਬਾਬਾ ਟੱਲ ਇੱਥੇ ਰਹਿੰਦਾ, ਉਨੇ ਦਿਨ ਬਾਬਾ ਜੀ ਬੈਠੇ। ਇਹ ਐਸਾ ਵੱਡਾ ਦਰਬਾਰ ਆ, ਹੈਰਾਨ ਵਾਲੀ ਗੱਲ ਆ। ਤੇ ਬੰਦੇ ਨੂੰ ਪਹਿਲਾਂ ਖੁਰਚਣਿਆਂ ਦਾ, ਪ੍ਰਸ਼ਾਦੇ ਦਾ, ਲੱਕੜਾਂ ਮੰਗਦੇ ਫਿਰਦੇ ਆ ਜੀ। ਦੁਆਨ ਆ ਜੀ ਅੰਮ੍ਰਿਤਸਰ ਜੀ, ਬੇਰੀ ਦੀਆਂ ਲੱਕੜਾਂ ਲਿਆਓ। ਅੱਜ ਤੇ ਅਨਾਊਂਸਮੈਂਟ ਕਰ ਲਿਆ, ਮਾਈਆਂ ਵਿਚਾਰੀਆਂ ਬੈਠੀਆਂ ਨਾ ਕਰਮਾਂ ਵਾਲੀਆਂ, ਦੇਖੋ ਤੇ ਅਨਾਊਂਸਮੈਂਟ ਕਰ ਲੈ ਜੇ। ਚੁਰ ਵੇਲੀ ਪਈ ਆ ਮਾਈਆਂ, ਚੁਰ ਤੇ ਚਲੋ ਇੱਥੇ ਨਾ ਕੋਈ ਬੈਠੋ। ਵੀ ਕਦੋਂ ਬੈਠਣਗੇ ਇੱਥੇ? ਫਿਰ ਘਰੇ ਵੀ ਚੁੱਲ੍ਹੇ ਚੌਂਕੇ ਚ, ਇੱਥੇ ਵੀ ਚੁੱਲ੍ਹੇ ਚੌਂਕੇ ਚ, ਇੱਥੇ ਆਣ ਘਰੋਂ ਛਾ ਕੇ ਆਉਂਦੇ ਆ, ਇੱਥੋਂ ਆਉਣੇ ਵਾਸਤੇ ਲੈ ਕੇ ਆਉਂਦੀ ਸੰਗਤ। ਆਉਣ ਸਾਰੀ ਬਹਿ ਜਾਂਦੀ, ਆਉਣ ਸਾਰ ਬੈਠਣ ਸਾਰੀ ਪੁੰਨ ਬਣ ਲੱਗ ਜਾਂਦੇ। ਵੇਖੋ ਮੁਕਤੀ ਮਿਲੂ ਜਾਂ ਨਹੀਂ ਮਿਲੂ? ਜਿਹਨੂੰ ਜਗ੍ਹਾ ਇੱਥੇ ਮਿਲ ਗਈ ਉਹਨੂੰ ਦਰਗਾਹ ਚ ਮਿਲੂ ਜਾਂ ਨਹੀਂ ਮਿਲੂ? ਇਹ ਤਾਂ ਗੱਲ ਸੱਚੀ ਹੈ, ਮਿਲੂਗੀ। ਐਡਾ ਵੱਡਾ ਦਰਬਾਰ ਆ ਬਾਬਾ ਜੀ ਦਾ, ਤੇ ਕੀ ਆਖਿਆ ਸਾਧ ਸੰਗਤ? ਇਵੇਂ ਬਾਬਾ ਜੀ ਮੌਕੇ ਸੀ, ਗੁਰੂ ਨਾਨਕ ਸਾਹਿਬ ਮੌਕੇ, ਬਾਬਾ ਜੀ ਮੌਕੇ, ਪ੍ਰਸ਼ਾਦਾ ਪਕਾ ਕੇ ਛੱਕ ਕੇ ਲਿਆਉਂਦੇ ਨੇ ਸੰਗਤ। ਬਾਬਾ ਜੀ ਕਿਤੇ ਵੇਖਿਆ ਵੀ ਪ੍ਰਸ਼ਾਦਾ ਬਣਦਾ ਸੀ? ਜਨਮ ਸਾਖੀ ਸੁਣਿਆ ਨਾ? ਸਗਾ ਇਹ ਗੱਲ ਸੁਣੀ ਹੈ ਵੀ ਬਾਬਾ ਜੀ ਦੁਪਹਿਰਾ ਆ ਗਿਆ ਤਾਂ ਬਹੁਤ ਜ਼ਿਆਦਾ ਹੈ ਵੀ ਬੱਚੇ ਭੁੱਖੇ ਹੈ, ਤੇ ਬਾਬਾ ਜੀ ਕਿਰਪਾ ਕਰੋ ਪ੍ਰਸ਼ਾਦੇ ਦਾ ਟਾਈਮ ਲੰਘ ਗਿਆ। ਇਉਂ ਆਖਿਆ ਬਾਬਾ ਜੀ ਕਹਿੰਦੇ ਗੁਰਮੁਖਾ ਉਹ ਦਰਖਤ ਤੇ ਚੜ ਕਿ ਕਰਦੇ ਲਿਆ ਮਠਿਆਈ ਖਵਾ ਦਿੰਦੇ ਆ। ਕਿਹੜਾ ਇਹੋ ਜਿਹਾ ਦੁਨੀਆਂ ਦੇ ਗੁਰੂ ਹੋਵੇਗਾ, ਗੁਰੂ ਹੋਵੇਗਾ, ਮਠਿਆਈ ਖਵਾਈ ਗੁਰਮੁਖੋ, ਸਾਖੀ ਪੜੋ ਜਨਮ ਸਾਖੀ। ਅਸੀਂ ਹੁਣ ਛਪਾਈਆਂ ਇਹ ਕਈ ਕਿਰਤ ਘਰਾਂ ਦੇ ਵਿੱਚੋਂ ਕੱਢਤੀਆਂ ਸਾਖੀਆਂ ਵੀ ਨਹੀਂ ਨਹੀਂ ਲੈ ਕਿਕਰਾਂ ਤੋਂ ਤੁੱਕੇ ਡਿੱਗਦੇ ਆ, ਮਠਿਆਈਆਂ ਨੀ ਡਿੱਗਦੀਆਂ। ਜਦੋਂ ਉੱਠਣਾ ਹੀ ਨਹੀਂ, ਮੂੰਹ ਹੀ ਨਹੀਂ ਧੋਣਾ, ਤੀਜੇ ਦਿਨ ਨਹਾਉਣਾ, ਚੌਥੇ ਦਿਨ ਮੈਦਾਨ ਜਾਣਾ, ਤੈਨੂੰ ਸਾਖੀ ਦਾ ਕੀ ਪਤਾ? ਇਹ ਜੇ ਬੰਦੇ ਕੀ ਜੀ ਮੁਸ਼ਕੀ ਆਈ ਜਾਂਦਾ ਅੰਦਰੋਂ, ਉਹਨੂੰ ਕੀ ਪਤਾ ਕਿਕਰਾਂ ਦਾ ਮਠਿਆਈਆਂ ਲੈਂਦੀਆਂ? ਇਹ ਤਾਂ ਉਹਨਾਂ ਨੂੰ ਪਤਾ ਜਿਹੜੇ ਨਾਮ ਨਾ ਰੰਗੇ ਹੋਏ ਆ। ਹੁਣ ਸਾਨੂੰ ਸਮਾਂ ਮਿਲਿਆ, ਇਸ ਕਰਕੇ ਸਾਧ ਸੰਗਤ ਨਹੀਂ ਤਾਂ ਜੱਟ ਕੇ ਜੇ ਬਚਨ ਅਨਪੜ੍ਹ ਹੀ ਆ, ਬਾਬੇ ਦੀ ਮਿਹਰ ਹੀ ਹੈ ਚੱਲਦੀ ਤਾਂ, ਇਹ ਤਾਂ ਉਹਦੀ ਕਿਰਪਾ ਦੇ ਨਾਲ ਹੀ ਆ, ਕਿਰਪਾ ਨਾਲ। ਉਹ ਪੰਜਾਬ 'ਚ ਕਿਸੇ ਦਾ ਹੋ ਗਿਆ ਐਕਸੀਡੈਂਟ, ਅਤੇ ਉਹ ਗੱਡੀ ਸੀ ਉਹਦੀ ਚਲਾਉਂਦਾ, ਗੱਡੀ ਚਲਾਉਂਦਾ ਸੀ ਉਹ,
ਤੇ ਉਹ ਵਿੱਚ ਵਜਿਆ ਬੈਠ ਕਾ ਇੱਕ ਗੱਡੀ ਵਾਲਾ, ਉਹ ਚਲੇ ਗਏ ਠਾਣੇ। ਉਹ ਕਹਿੰਦਾ ਜੀ, ਗੱਡੀ ਵਾਲਾ ਕਹਿੰਦਾ ਜੀ, ਇਹਨੇ ਖੱਬੇ ਮੋੜ ਲਿਆ, ਹਾਂ ਇਹਨੇ ਸੱਜੇ ਮੋੜ ਤਾ। ਉਹ ਕਹਿੰਦਾ ਜੀ ਹਾਂ ਵੀ ਸੱਜੇ ਮੁੜ ਗਿਆ। ਕਹਿੰਦੇ ਕਿਉਂ? ਕਹਿੰਦੇ ਜੀ ਜਿਹੜੇ ਪਸ਼ੂ ਆ ਨਾ ਉਧਰਲੇ ਹਰਿਆਣੇ ਦੇ ਰਾਜਸਥਾਨ ਦੇ, ਕਹਿੰਦੇ ਉਹ ਸੱਜੇ ਮੁੜਦੇ ਆ, ਇਹ ਉੱਥੋਂ ਲਿਆਂਦਾ ਕਰਕੇ ਉੱਧਰ ਮੁੜ ਗਿਆ, ਮੇਰਾ ਕੋਈ ਕਸੂਰ ਨੀ, ਬੈਠ ਕੇ ਨੂੰ ਰੱਖ ਲਓ ਜੇਲ੍ਹ ਚ, ਬੈਠ ਕੇ ਨੂੰ ਜੇਲ੍ਹ ਚ ਰੱਖ ਲਓ, ਮੇਰਾ ਕਸੂਰ ਨੀ। ਉਹ ਥਾਣੇਦਾਰ ਝਾਕੀ ਜਾਵੇ, ਉਹ ਕਹਿੰਦਾ ਬਾਬਾ ਮੇਰਾ ਕਹਿਣਾ ਛੱਡੋ, ਲੈ ਜਾਓ ਜੇਲ੍ਹ ਨੂੰ। ਇਸ ਕਰਕੇ ਸਾਧ ਸੰਤ ਬਾਬਿਆਂ ਦੀ ਮਿਹਰ ਹੀ ਹੈ, ਆਪਣੇ ਬਾਬਾ ਜੀ ਵਰਤਦੇ ਆ, ਆਪਾਂ ਦਰਗਾਹ ਚੋਂ ਬਾਬਾ ਜੀ ਬੁਲਾਉਂਦੇ ਉਵੇਂ ਬੋਲਿਆ ਜਾਂਦਾ। ਉਹਨੇ ਆਖਿਆ ਬਾਬਾ ਜੀ ਪ੍ਰਸ਼ਾਦਾ ਛਕੋ। ਬਾਬਾ ਜੀ ਕਹਿਣ ਲੱਗੇ ਵੀ ਅਸੀਂ ਤੈਨੂੰ ਕਿਹਾ ਨੀ, ਆ ਵੇਖੋ ਕਿਉਂ ਲਿਆਂਦਾ ਜੀ, ਗਰੀਬ ਲੋਕ ਬੰਦੇ ਆ, ਸਾਥੋਂ ਇੰਨਾ ਜਪਿਆ ਨੀ ਜਾਂਦਾ, ਤੁਹਾਡੇ ਜਪਣ ਵਿੱਚ ਮਿਲੇਗਾ। ਇਉਂ ਬਾਬਾ ਜੀ ਕਹਿੰਦੇ ਵਾਹ ਵਾਹ, ਸਿੱਖਾ ਇਹੋ ਜਿਹੀ ਗੱਲ ਹਰੇਕ ਸੋਚਦਾ ਵੀ ਨੀ ਹੈ, ਸੋਚਦਾ ਨੀ ਹੈ, ਤੂੰ ਧੰਨ ਹੈ। ਕਈ ਸੋਚਦੇ ਤੇ ਪ੍ਰਸ਼ਾਦਾ ਲੈ ਕੇ ਆਈਏ, ਕਈ ਸੋਚਦੇ ਵੀ ਨਹੀਂ ਵਿਚਾਰੇ, ਪਤਾ ਨਹੀਂ ਲੱਗਦਾ। ਤੇ ਸਾਹ ਸੰਤ ਉੱਥੇ ਬਾਬਾ ਜੀ ਕਹਿੰਦੇ ਸਿੱਖਾ ਪ੍ਰਸ਼ਾਦਾ ਛਕ ਲੈਂਦੇ, ਮੰਗ। ਉਹ ਕਹਿੰਦਾ ਜੀ ਮੰਗ ਕੋਈ ਨੀ। ਬਾਬਾ ਜੀ ਕਹਿੰਦੇ ਨਹੀਂ ਨਹੀਂ, ਕਾਜਕ ਦਾ ਸਮਾਂ ਹੈ, ਸਾਡੀ ਸੇਵਾ ਉਹ ਕਰੂ ਜੀ ਕੋ ਮੰਗ ਤਾਂ ਮੰਗੂਗਾ, ਦੱਸ ਕੀ ਮੰਗ ਹੈ। ਉਹ ਕਹਿੰਦਾ ਜੀ ਹਾਂ ਯਾਦ ਆ ਗਿਆ, ਮੰਗ ਇਹੀ ਹੈ, ਮੈਨੂੰ ਬਹੁਤ ਤਰਸ ਆਉਂਦਾ, ਪਤਾ ਨੀ ਕੈ ਦਿਨ ਦੇ ਤੁਸੀਂ ਭੁੱਕੇ ਆ, ਤੇ ਕਿਰਪਾ ਕਰੋ ਪ੍ਰਸ਼ਾਦਾ ਹੀ ਛਕ ਲੋ। ਕੋਈ ਨੀ ਕਹਿੰਦਾ ਹੋਣਾ ਮੇਰੀ ਕੋਈ ਮੰਗ ਨੀ, ਪ੍ਰਸ਼ਾਦਾ ਛਕ ਲੋ। ਨਹੀਂ ਮੋਗੇ ਤੇ ਖੜਾ ਹੀ ਕਹੂਗਾ ਬਾਬਾ ਜੀ ਪ੍ਰਸ਼ਾਦਾ ਫੜ ਕੇ ਲੈ ਜਾਓ, ਮੈਨੂੰ ਮੁੰਡਾ ਦੇ ਜਾਓ ਆਪਦੇ ਮੰਜੇ ਦੇ ਥੱਲਿਓ, ਇੰਨੀ ਛੇਤੀ ਦੇਖੋ ਮੁੰਡਾ ਨੌਵਾਂ ਮਹੀਨੇ ਨਾਲ ਹੁੰਦਾ। ਅੱਜ ਅਸੀਂ ਕਲਜੁਗ ਜੀਵ ਹੈ ਤੇ ਕੀ ਆਖਿਆ, ਆਖਿਆ ਬਾਬਾ ਜੀ ਮੰਗ ਹੀ ਪ੍ਰਸ਼ਾਦਾ ਹੀ ਛਕ ਲੋ। ਬਾਬਾ ਜੀ ਕਹਿੰਦੇ ਵਾਹ ਵਾਹ ਸਿੱਖਾ, ਜੇ ਸਾਨੂੰ ਪ੍ਰਸ਼ਾਦਾ ਛਕਾਉਣਾ ਵਾ, ਪ੍ਰਸ਼ਾਦਾ ਛਕਾਉਣਾ ਹੈ, ਨਹੀਂ ਕੋਈ ਤੇਰੀ ਮੰਗ। ਗੁਰੂ ਜੀ ਕਹਿੰਦੇ ਅਸੀਂ ਤੇਰੇ ਖੁਸ਼ ਬਹੁਤ ਜ਼ਿਆਦੇ ਹਾਂ, ਆ ਵੇਖੋ ਖੁਸ਼ ਬਹੁਤ ਆ, ਤੂੰ ਫੁਰਨਾ ਬਣਾ ਕੋਈ ਮੰਗਣ ਦਾ, ਕੋਈ ਮੰਗ ਲਾ। ਉਹਨੇ ਆਖਿਆ ਜੀ ਕਲਜੁਗ ਦਾ ਸਮਾਂ ਸੋਚਦਾ ਨੀ, ਕੀ ਮੰਗਾ, ਪਹਿਲਾਂ ਤਾਂ ਮੇਰੇ ਤੇ ਮਿਹਰ ਕਰੋ, ਮੈਨੂੰ ਗੁਰੂ ਜੀ ਮੰਗਣਾ ਅਜੇ, ਕਿਰਪਾ ਕਰ ਅਰਦਾਸ ਇਉਂ ਹੀ ਕਰਿਆ ਕਰੋ, ਜਿਹੜੇ ਬਚੇ ਨਾ ਤੁਹਾਡੇ ਕੰਮ ਆਉਣ ਵਾਲਾ ਜੀ, ਕਿਰਪਾ ਕਰੋ ਗੁਰੂ ਨਾਨਕ ਮੈਨੂੰ ਮੰਗਣਾ ਅਜੇ। ਗੁਰੂ ਸਾਹਿਬ ਨੇ ਦ੍ਰਿਸ਼ਟੀ ਪਾਈ, ਗੁਰੂ ਜੀ ਕਹਿੰਦੇ ਸਿੱਖਾ ਅੱਜ ਤੇਰੇ ਤੇ ਅਕਾਲ ਪੁਰਖ ਟੁੱਟਾ ਹੋ ਗਿਆ, ਅਸੀਂ ਖੁਸ਼ ਬਹੁਤ ਆ, ਚੰਗਾ ਇਹ ਲੈ ਹੁਣ ਮੰਗ। ਉਹਨੇ ਕੀ ਮੰਗਿਆ? ਉਹ ਕਹਿੰਦਾ ਜੀ ਕਾਜਕ ਦਾ ਸਮਾਂ, ਤਿਲਕ ਨਾ ਜਾਵਾ, ਮੈਨੂੰ ਆਪਣਾ ਸਿੱਖ ਬਣਾ ਲਓ, ਕਿਤੇ ਗਿਆ ਹੀ ਨੀ ਹੋਣਾ ਆਪਾਂ, ਬਚਨ ਤੁਹਾਡੇ ਕੰਮ ਆਉਣ ਵਾਲੇ ਆ, ਇੱਕ ਦੋ ਚਾਰ ਵਾਰੀ ਇਹ ਵੀ ਕਿਹਾ ਕਰੋ ਗੁਰੂ ਨਾਨਕ ਮੈਂ ਤਿਲਕ ਨਾ ਜਾਵਾਂ, ਮੈਨੂੰ ਆਪਣਾ ਸਿੱਖ ਬਣਾ ਲਓ, ਘੁੱਟ ਕੇ ਮੇਰੀ ਬਾਂਹ ਫੜਾ ਲਓ। ਇਉਂ ਆਖਿਆ। ਉਹਨੇ ਆਖਿਆ ਗੁਰੂ ਜੀ ਹਾਂ ਸੱਚ ਯਾਦ ਆ ਗਿਆ, ਕਲਜੁਗ ਦਾ ਸਮਾਂ, ਮੇਰੀ ਬਾਂਹ ਫੜੋ, ਮੈਨੂੰ ਆਪਣਾ ਸਿੱਖ ਬਣਾ ਲਓ। ਗੁਰੂ ਜੀ ਕਹਿੰਦੇ ਵਾਹ ਵਾਹ ਸਿੱਖਾ,
ਤੂੰ ਕਹਿੰਦਾ ਸੀ ਮੰਗਣਾ ਨੀ ਆਉਂਦਾ ਤੇ ਛੱਡੇ ਹੀ ਕੁਛ ਨੀ ਮੰਗਣ ਬਣਿਓ। ਉਹ ਕਹਿੰਦਾ ਜੀ ਇਹ ਤੁਹਾਡੀ ਮਿਹਰ ਨਹੀਂ ਪਤਾ ਲੱਗੇ ਆ ਬਚਨ ਇੰਨਾ ਪਤਾ ਲੱਗਦਾ ਬੰਦੇ ਨੂੰ ਬਚਨ ਹੈ ਮਹਾਂਪੁਰਖਾਂ ਦੇ ਉੱਤਮ ਸਲੋਕ ਸਾਧਕੀ ਬਚਨ ਅਮਰੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਦ ਆਧਾਰ ਆਪ ਤਰੇ ਆ ਵੇਖੋ ਲੋਕਾਂ ਨਿਸਤਾਰ ਆਪਾਂ ਤਰ ਜਾਵਾਂਗੇ ਕੀ ਆਖਿਆ ਜੀ ਤੁਹਾਡੀ ਕਿਰਪਾ ਨਾ ਬਣਾ ਲਓ ਸਿੱਖ ਗੁਰੂ ਜੀ ਕਹਿੰਦੇ ਚੰਗਾ ਸਿੱਖਾ ਐ ਕਰ ਭਾਈ ਬਾਲਿਆ ਜਲ ਲੈ ਕੇ ਆ ਚਰਨਾਂ ਦੀ ਪੌੜ ਦੇ ਦੀ ਚਰਨਾਂ ਦੀ ਪੌੜ ਦੇ ਕੇ ਗੁਰੂ ਜੀ ਕਹਿੰਦੇ ਦਾੜਾ ਕੇਸ ਰੱਖਣਾ ਤੇ ਅੰਮ੍ਰਿਤ ਵੇਲੇ 3 ਵਜੇ ਤੋਂ 6 ਵਜੇ ਤੇ ਵਾਹਿਗੁਰੂ ਜਪਣਾ ਧਰਮ ਦੀ ਕਿਰਤ ਕਰਨੀ ਇਹੋ ਜਿਹੇ ਮਹਾਂਪੁਰਖ ਜੰਗਲ ਚ ਬੈਠਿਆ ਨੂੰ ਪ੍ਰਸ਼ਾਦਾ ਲਿਆਇਆ ਕਰ ਗੁਰੂ ਜੀ ਕਹਿੰਦੇ ਅੱਜ ਮੈਂ ਤੈਨੂੰ ਆਪਣਾ ਸਿੱਖ ਬਣਾ ਲਿਆ ਗੁਰੂ ਜੀ ਕਹਿੰਦੇ ਮੰਗ ਬਹੁਤ ਵੱਡੀ ਮੰਗ ਲਈ ਅੱਜ ਸਿੱਖ ਬਣਾ ਲਿਆ ਜਿੰਨਾ ਚਿਰ ਤੂੰ ਸੱਚਖੰਡ ਨਹੀਂ ਜਾਂਦਾ ਜਿਵੇਂ ਮੈਂ ਬੈਠੂੰਗਾ ਤੂੰ ਬੈਠੇਗਾ ਆਪਾਂ ਦਰਗਾਹ ਵਿੱਚ ਵੀ ਇਕੱਠੇ ਬੈਠਾਂਗੇ ਗੁਰੂ ਜੀ ਕਹਿੰਦੇ ਪੱਕਾ ਸਿੱਖ ਬਣ ਗਿਆ ਜਿੰਨਾ ਚਿਰ ਤੂੰ ਜਿਉਣਾ ਉਨਾ ਚਿਰ ਵਾਹਿਗੁਰੂ ਜਪਿਆ ਕਰ ਮੈਂ ਤੇਰੇ ਨਾਲ ਰਹੂੰਗਾ ਇੰਨੀ ਸੋਹਣੀ ਮੰਗ ਹੈ ਵਧੀਆ ਵਚਨ ਹੈ ਕੀਮਤ ਵਾਲੇ ਵਚਨ ਆਪਣੇ ਕੰਮ ਆਉਣ ਵਾਲੇ ਵਚਨ ਇੱਥੋਂ ਚੱਕਣ ਵਾਲੀ ਕੋਈ ਚੀਜ਼ ਨਹੀਂ ਜਿਹੜਾ ਜੀ ਮੇਰੇ ਦੋਸਤ ਦਾ ਮੰਗਣਾ ਹੈ ਜੀ ਨਹੀਂ ਬਾਬਾ ਜੀ ਮੈਂ ਜ਼ਰੂਰ ਜਾਣਾ ਜੀ ਆਓ ਆ ਜਾਓ ਇਹਨਾਂ ਨੇ ਗੁਰਖੋ ਸਿਵਿਆਂ ਤੋਂ ਉਰੇ ਮੁੜਿਆ ਉਹਨਾਂ ਗਾਂ ਨਹੀਂ ਜਾਣਾ ਗਾਂ ਜਾਣਗੇ ਆ ਵਚਨ ਤੁਹਾਡੇ ਨਾਲ ਜਾਣਗੇ ਵਚਨ ਇਹ ਵਚਨ ਤੁਹਾਡੇ ਗੁਰਮੁਖੋ ਦਰਗਾਹ ਵਿੱਚ ਵੀ ਰੱਖਿਆ ਕਰਨਗੇ ਗੁਰੂ ਨਾਨਕ ਸਾਹਿਬ ਕਹਿੰਦੇ ਪਾਤਸ਼ਾਹ ਕਹਿੰਦੇ ਚੰਗਾ ਸਿੱਖਾ ਐ ਕਰ ਅਸੀਂ ਮਰਦਾਨੇ ਨੂੰ ਤੇ ਅਸੀਂ ਪ੍ਰਸ਼ਾਦਾ ਛਕ ਲੈਂਦੇ ਇੱਥੇ ਪਏ ਜਾ ਵਹਿਵਹਿਰੂ ਕਰੀ ਜਾ ਪਿਆ ਥੱਕਿਆ ਵਾ ਤੂੰ ਵਹਿਵਹਿਰੂ ਕਰ ਲਿਆ ਕਰੋ ਭਲਾ ਪਏ ਕਰ ਲਿਆ ਕਰੋ ਉਹ ਪੈ ਗਿਆ ਵਹਿਵਹਿਰੂ ਕਰਨ ਗਿਆ ਭਾਈ ਬਾਲੇ ਨੇ ਹਜ਼ੂਰ ਨੂੰ ਪ੍ਰਸ਼ਾਦਾ ਆਪ ਵੀ ਮਰਦਾਨਿਆ ਛਕ ਲਿਆ ਪ੍ਰਸ਼ਾਦ ਲੈ ਕੱਢ ਲਿਆ ਕੁੱਖਾ ਬਾਹਰ ਜਾਣ ਦੀ ਲੋੜ ਨੀ ਪਈ ਮਰਦਾਨਾ ਪ੍ਰਸ਼ਾਦਾ ਛਕਦਾ ਸੀ ਮਰਦਾਨੇ ਆਖਿਆ ਹਜ਼ੂਰ ਇੱਕ ਬੇਨਤੀ ਹੈ ਵੀ 6 ਫੁੱਟ ਕਾਲਾ ਨਾਗ ਸੱਪ ਆ ਗਿਆ ਤੇ ਸਿੱਖ ਵੱਲ ਨੂੰ ਜਾ ਰਹੇ ਜਿਹੜੇ ਪ੍ਰਸ਼ਾਦਾ ਲੈਂਦਾ ਵਿਚਾਰੇ ਨੇ ਇਉਂ ਆਖਿਆ ਜੀ ਮਾਰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਮਰੇ ਮੈਨੂੰ ਵਿਚਾਰੇ ਨੂੰ ਕਿਉਂ ਮਾਰਨਾ ਗੁਰੂ ਜੀ ਕਹਿੰਦੇ ਇਹਦੀ ਖਾਤਰ ਤਾਂ ਮੈਂ ਖੇਰ ਕੀਤਾ ਇਉਂ ਆਖਿਆ ਤੇ ਬਾਬਾ ਜੀ ਨੇ ਆਖਿਆ ਉਹ ਨਾਗ ਕਿੱਧਰ ਨੂੰ ਚੱਲਿਆ ਸੱਪ ਬੋਲਿਆ ਕਹਿੰਦਾ ਮੈਂ ਕਾਲਾ ਨਾਗ ਨਹੀਂ ਹੈ ਮੈਂ ਧਰਮਰਾਜ ਨੇ ਜਮ ਭੇਜਿਆ ਜਾਵਾ ਇਹ ਬੰਦੇ ਦੀ ਹੁਣ ਮੌਤ ਹੈ ਇਹਨੇ 3 ਵਜੇ ਨੂੰ ਕਿੱਕਰ ਦੀਆਂ ਲੱਕੜਾਂ ਵਿੱਚ ਕੋਰੇ ਬਣ ਜਾਣਾ ਬਾਬਾ ਜੀ ਕਹਿੰਦੇ ਹਾਂ ਇਹ ਠੀਕ ਹੈ ਧਰਮਰਾਜ ਦੀ ਗੱਲ ਲਿਖੀ ਹੋਈ ਤੈਨੂੰ ਕਾਲ ਨੂੰ ਭੇਜਤਾ ਜੇ ਸਾਡਾ ਸਿੱਖ ਨਾ ਹੁੰਦਾ ਫਿਰ ਤੂੰ ਆ ਜਾਂਦਾ ਗੁਰੂ ਜੀ ਕਹਿੰਦੇ ਹੁਣ ਮੇਰਾ ਸਿੱਖ ਬਣ ਗਿਆ ਹੁਣ ਇਹਦੇ ਮੈਂ ਕਾਗਜ਼ ਧਰਮਰਾਜ ਦੇ ਸਾਰੇ ਪਾੜਤੇ ਕਾਗਜ਼ ਪਾੜਤੇ ਤੂੰ ਹੁਣ ਇਹਦੇ ਲੜ ਨਹੀਂ ਸਕਦਾ
ਗੁਰੂ ਜੀ ਕਹਿੰਦੇ ਮੈਂ ਇਹਨੂੰ ਉਮਰ ਪੂਰੀ ਦੇਤੀ 100 ਸਾਲ ਦੀ, ਜਿੰਨੀ ਇਹਦੀ ਉਮਰ 30 ਸਾਲ ਉਮਰ, 70 ਉਮਰ ਹੋਰ ਦੇਤੀ। ਗੁਰੂ ਜੀ ਕਹਿੰਦੇ ਮੈਂ ਆਪਦੇ ਨਿਤਨੇਮ ਚੋਂ ਨਿਤਨੇਮ ਲਾ ਕੇ ਇਹਦੇ ਕਾਗਜ਼ ਪਾੜਤੇ। ਧਰਮ ਰਾਜਾ ਵੀ ਕਰੂਗਾ ਸੇਵਾ, ਬਾਬਾ ਜੀ ਦੇ ਸੇਵਕਾਂ ਵੀ ਧਰਮ ਰਾਜ ਦੇ ਕਾਗਜ਼ ਪਾੜੇ। ਧਰਮ ਰਾਜਾ ਆਪ ਪਾੜਦਾ ਲਿਖੇ ਧਰਮ ਰਾਜ ਨੇ ਕਾਗਜ਼, ਧਰਮ ਰਾਜਾ ਆਪ ਪਾੜਦਾ। ਧਰਮ ਰਾਜ ਹੀ ਪਾੜੇ ਕਾਗਜ਼, ਧਰਮ ਰਾਜਾ ਹੀ ਪਾੜਦਾ, ਧਰਮ ਰਾਜ ਦੇ ਲਿਖੇ ਹੋਏ ਕਾਗਜ਼, ਧਰਮ ਰਾਜ ਆਪ ਹੀ ਪਾੜਦਾ। ਧਰਮ ਰਾਜ ਦੇਣ ਕੇ ਹੋਏ ਕਾਗਜ਼, ਧਰਮ ਰਾਜ ਆਪ ਹੀ ਪਾੜਦਾ। ਸੱਪ ਲੰਮਾ ਪੈ ਗਿਆ ਤੁਹਾਡੇ ਗੁਰੂ ਨਾਨਕ ਮੇਰੇ ਗੁਰੂ ਨਾਨਕ ਦੇ ਮੂਹਰੇ, ਸੱਪ ਲੰਮਾ ਪੈ ਗਿਆ। ਬਾਬਾ ਜੀ ਕਹਿੰਦੇ ਉੱਠ ਫਿਰ ਕੀ ਚਾਹੁੰਦਾ ਹੈ? ਕਹਿਣ ਲੱਗਾ ਜਿਵੇਂ ਇਹ ਤੇਰਾ ਸਿੱਖ ਬਣਿਆ ਤੇ ਕਿਰਪਾ ਕਰਕੇ ਮੈਨੂੰ ਵੀ ਸਿੱਖ ਬਣਾ ਲਓ, ਸਿੱਖ ਬਣਾ ਲਓ। ਬਾਬਾ ਜੀ ਨੇ ਕਿਹਾ ਮਰਦਾਨਿਆ ਰਵਾਬ ਛੇੜ, ਇਹ ਰਵਾਬ ਬਾਬਾ ਜੀ ਕਹਿੰਦੇ ਜਪੋ ਸਤਨਾਮ 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 ਜੀ। ਬਾਬਾ ਜੀ ਸੱਪ ਨੂੰ ਕਹਿੰਦੇ ਕਹੋ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ। ਬਾਬਾ ਜੀ ਨੇ ਕਿਰਪਾ ਕੀਤੀ, ਸੱਪ ਉੱਠਿਆ, ਉੱਠ ਕੇ ਪਹਿਲਾਂ ਫਣ ਇੱਧਰ ਨੂੰ ਗਿਆ, ਫਿਰ ਇੱਧਰ ਨੂੰ ਗਿਆ, ਫਿਰ ਝੂਲਦਾ ਝੂਲਦਾ ਹੌਲੀ ਦੇਣੇ ਬਾਬਾ ਜੀ ਦੇ ਦੋਨਾਂ ਚਰਨਾਂ 'ਚ ਸਰਾ ਕੇ ਸਰੀਰ ਛੱਡ ਗਿਆ। ਕਹਿੰਦਾ ਗੁਰੂ ਜੀ ਮੈਂ ਚੱਲਿਆ ਸੱਚਖੰਡ ਨੂੰ। ਬਾਬਾ ਜੀ ਨੇ ਸੱਪ ਨੂੰ ਉਹ ਜਮ ਦੂ ਜਮ ਨੂੰ ਕਾਲ ਨੂੰ ਕਾਲ ਨੂੰ ਕੋਈ ਨਹੀਂ ਸੱਚਖੰਡ ਭੇਜ ਸਕਦਾ। ਬਾਬਾ ਜੀ ਨੇ ਜਮ ਦੂਤ ਨੂੰ ਸੱਚਖੰਡ ਭੇਜਿਆ। ਬਾਬਾ ਜੀ ਨੇ ਐਸਾ ਮਾਲਕ ਸਾਨੂੰ ਮਿਲਿਆ ਜੋ ਮਾਲਕ ਤੁਰ ਦਰਗਾਹ ਦਾ ਮਰਦਾਨਾ ਬੜਾ ਖੁਸ਼ ਹੋਇਆ। ਸਿੱਖਾ ਉੱਠ ਬਾਈ, ਸਿੱਖ ਉੱਠਿਆ। ਸਿੱਖ ਨੇ ਆਖਿਆ ਜੀ ਤੁਸੀਂ ਬੜੀ ਕਿਰਪਾ ਕੀਤੀ। ਗੁਰੂ ਜੀ ਕਹਿੰਦੇ ਨਹੀਂ, ਤੇਰਾ ਪੂਰਵਰਾ ਹਰਾ ਹੋ ਗਿਆ, ਤੁਹਾਡਾ ਬੀਜਿਆ ਸਾਰਿਆਂ 28 ਸਾਲ ਹੋ ਗਿਆ, ਕਈਆਂ ਦੀ ਉਮਰ 28 ਸਾਲ ਹੀ ਹੋਈ।
ਕਈ ਗੁਰਮੁਖ ਥੋੜੀ ਬਹੁਤੀ ਵੱਧ ਹੋਊ ਤੇ ਆਪਣਾ ਪੂਰਵਲਾ ਹਰਾ ਹੋ ਗਿਆ। ਤੇ ਬਾਬਾ ਜੀ ਨੇ ਆਖਿਆ ਭਾਈ ਤੂੰ ਮੰਗ ਚੰਗੀ ਮੰਗੀ ਮੈਨੂੰ ਆਪਣਾ ਸਿੱਖ ਬਣਾ ਲਊਗੀ। ਬਾਬਾ ਜੀ ਕਹਿੰਦੇ ਮੇਰੇ ਜਦੋਂ ਮੇਰਾ ਕੋਈ ਕਹੇ ਸਿੱਖ ਬਣਾ ਲਿਓ, ਗੁਰੂ ਜੀ ਕਹਿੰਦੇ ਮੈਂ ਧਰਮ ਰਾਜ ਨੂੰ ਮੱਥਾ ਤੋਂ ਬਾਟੇਕ ਜੇ ਪਰ ਧਰਮ ਰਾਜ ਨੂੰ ਹੱਥ ਨਹੀਂ ਲਾਉਣ ਦਿੰਦਾ। ਧਰਮ ਰਾਜ ਦੇ ਕਾਗਜ਼ ਸਾਰੇ ਪਾਟਣੇ ਪੈਂਦੇ ਹੈ ਜਿਹੜਾ ਕਈ ਸਿੱਖ ਬਣਾ ਲਓ। ਅੱਜ ਗੁਰੂ ਨਾਨਕ ਦੀ ਡਿਊਟੀ ਹੈ ਕਾਲਜ ਵਿੱਚ, ਮੈਂ ਵਿਚਾਰ ਉਹ ਕਰ ਰਿਹਾ ਸੀ, ਮਾਤਾ ਨੇ ਆਖਿਆ ਵੀ ਐਸਾ ਔਲੀਆ ਭੇਜੋ, ਧਰਤੀ ਗਰਕ ਰਹੀ ਹੈ, ਪਹਿਲਾਂ ਰਾਮ ਨੂੰ ਭੇਜਿਆ ਫਿਰ ਕਿਸ਼ਨ ਨੂੰ ਭੇਜਿਆ, ਹੁਣ ਕਲਯੁਗ ਦੇ ਵਿੱਚ ਗੁਰੂ ਨਾਨਕ ਆਇਆ ਹੋਇਆ ਹੈ। ਹੁਣ ਗੁਰਮੁਖ ਕਿਰਤ ਕਰ ਕਿੱਥੇ, ਵੇਖੋ ਕਿੰਨੇ ਸਿੱਖ ਬੈਠੇ ਹੈ, ਐਡੇ ਐਡੇ ਦੀਵਾਨ ਲੱਗਦੇ ਹੈ, ਦਰਬਾਰ ਸਾਹਿਬ ਕੀਰਤਨ ਹੁੰਦਾ ਹੈ, ਲੈਣਾ ਲੱਗ ਜਾਂਦੀ ਹੈ, ਤਿੰਨ ਚਾਰ ਘੰਟੇ ਬਾਅਦ ਟਾਈਮ ਮਿਲਦਾ ਹੈ, ਸਰਧਾ ਵਾਲੇ ਝੋਲੀਆਂ ਭਰਾ ਰਹੇ ਗੁਰੂ ਨਾਮ ਦਾਸ ਤੋਂ, ਕਿੰਨਾ ਚਿਰ ਜਿੰਨਾ ਚਿਰ ਦੁਨੀਆ ਸੰਸਾਰ ਰਹੇਗਾ। ਐਸਾ ਕਿੱਲਾ ਗੱਡਿਆ ਗੁਰੂ ਰਾਮਦਾਸ ਨੇ, ਗੁਰੂ ਅਰਜਨ ਸਾਹਿਬ ਨੇ ਕੋਈ ਹਿਲਾਉਣ ਵਾਲਾ ਜੰਮਿਆ ਨਹੀਂ ਹੈ। ਸੋ ਆਓ ਮਾਈ ਭਾਈ, ਆਪਾਂ ਬੜੇ ਭਾਗਾਂ ਵਾਲੇ ਹਾਂ, ਸਿਰ ਤੇ ਆ ਧਰਨ ਗੁਰੂ ਸਾਹਿਬ, ਮੈਂ ਉਹਦੀ ਮਿਹਰ ਨਾਲ ਹੀ ਸ਼ਾਸਨ ਟਾਈਮ ਲੰਘਦਾ ਹੈ, ਬਾਬਾ ਜੀ ਦੀ ਕਿਰਪਾ ਹੋ ਗਈ ਹੈ, ਜਥੇਦਾਰ ਆਏ ਸੀ ਇੱਥੇ, ਚਲੋ ਬਾਬਾ ਜੀ ਦੀ ਮਿਹਰ ਹੋ ਗਈ ਅਤੇ ਇਹ ਵੀ ਕਿਰਪਾ ਹੀ ਹੈ, ਗੁਰੂ ਰਾਮਦਾਸ ਭੇਜਦੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਦਾ ਜਥੇਦਾਰ ਹੈ, ਹਰਗੋਬਿੰਦ ਸਾਹਿਬ ਮਹਾਰਾਜ ਆਪ ਕਿਰਪਾ ਕਰਦੇ, ਨਹੀਂ ਸੰਤ ਬੱਤੀ ਸੌ ਇੱਥੇ ਤੁਰੇ ਫਿਰਦੇ ਹੈ, ਪਰ ਬਹੁਤ ਸਤਿਕਾਰ ਕਰਦੇ ਆ, ਥੋੜ੍ਹਾ ਨਹੀਂ ਕਰਦੇ, ਬਹੁਤ ਬਰਾਬਰ ਨਹੀਂ ਬਹਿੰਦੇ, ਵੇਖ ਉਹ ਭੁੱਜੇ ਬੈਠਣ ਤਾਂ ਕਰ ਜਾਂਦੇ ਸੀ, ਇਹਦੀ ਮਿਹਰ ਹੀ ਹੈ, ਬਹੁਤ ਸਤਿਕਾਰ ਸਾਡਾ ਨਹੀਂ। ਇਦਾਂ ਦੇ ਕਰਾਉਣ ਖਾਲਸਾ ਜੀ ਆਉਣ ਜਾਂ ਗੁਰਵਾਛੀ ਜੀ ਆਉਣ ਜਾਂ ਕੋਈ ਹੋਰ ਜਾਵੇ ਕਵੇ ਬਾਬਾ ਜੀ ਕੋਲੋਂ ਆਇਆ, ਉਹ ਦੋਨੇ ਹੱਥ ਜੋੜ ਕੇ ਮੱਥਾ ਟੇਕਦੇ ਆ, ਇਹ ਫਿਰ ਕਹਿ ਦਿੰਦੀ ਅਰਦਾਸ ਕਰਦੇ ਹੋ, ਉਹਦੀ ਅਰਦਾਸ ਕਰਨ ਲੱਗ ਜਾਂਦੇ ਦਰਬਾਰ ਸਾਹਿਬ 'ਚ ਬੈਠੇ, ਚੌਰ ਕਰਦੇ ਅਰਦਾਸ ਕਰਦੇ ਵੀ ਧੰਨ ਬਾਬਾ ਜੀ ਹੈ। ਇਸ ਕਰਕੇ ਆਓ ਭਾਗਾਂ ਵਾਲੇ, ਹੋਰ ਗੁਣੀ ਗਿਆਨੀ ਸ਼੍ਰੀ ਅੰਮ੍ਰਿਤਸਰ ਦੇ ਬਹੁਤ ਆਉਂਦੇ, ਇੱਕ ਗੁਰੂ ਪਿਆਰੇ ਹੋਰ ਵੀ ਆਏ ਸੀ, ਕੀ ਨਾਂ ਸੀ, ਹੈਡ ਗ੍ਰੰਥੀ ਸਾਹਿਬ, ਬਹੁਤ ਪਿਆਰੇ, ਬਹੁਤ ਖੁਸ਼ ਹੋ ਗਏ, ਉਹ ਕਹਿੰਦੇ ਚਾਹ ਚੜ ਗਿਆ ਜਦੋਂ ਬਾਬਾ ਜੀ ਨੇ ਆਉਣਾ। ਇਸ ਕਰਕੇ ਆਓ, ਇਹ ਸਾਰੀ ਕਿਰਪਾ ਪਿਛਲੇ ਜਨਮਾਂ ਦੀ ਹੈ, ਪਿਛਲੇ ਜਨਮ 'ਚ ਇਕੱਠੇ ਹੋਵਾਂਗੇ, ਹੁਣ ਤਾਂ ਆਪਾਂ ਸਾਰੇ ਇਕੱਠੇ ਬੈਠੇ ਹਾਂ, ਬੜੇ ਭਾਗਾਂ ਵਾਲੇ ਹੈ, ਅੰਮ੍ਰਿਤ ਵੇਲੇ ਉੱਠਿਓ, ਉੱਠਿਆ ਕਰੋ, ਕਾਇਮ ਹੋਇਆ ਕਰੋ, ਅਤੇ ਨਿਤਨੇਮ ਕਰਿਆ ਕਰੋ, ਮੈਨੂੰ ਵੀ ਕਿਹਾ ਕਰੋ ਵੀ ਕਾਇਮ ਹੋ, ਫੜ ਫੜ ਕੇ ਲੈ ਕੇ ਜਾਂਦੇ ਨਵਾ ਲਓ ਕੇ, ਦੋ ਤਿੰਨ ਮੇਰੀ ਬੈਠੀ ਨਿਤਨੇ 'ਚ, ਬਸ ਸੁਭਾਅ ਬਣ ਗਿਆ, ਨਹੀਂ ਰੋਟੀ ਸਵਾਦ ਨਹੀਂ ਲੱਗਦੀ ਜੇ ਇੱਕ ਮਿੰਟ ਵੀ ਲੇਟ ਹੋ ਜਾਈਏ, ਪਰ ਉਹਦੀ ਮਿਹਰ ਦੇ ਨਾਲ ਹੀ ਅਹਿਸਾਸ ਦਵਾਓ ਬਾਬਾ ਜੀ ਮਿਹਰ ਹੈ। ਬਚਨ ਤਾਂ ਬਾਬੇ ਨੇ ਜੱਟ ਕੇ ਸੁਣ ਲਿਆ, ਟਾਈਮ ਵੀ 12:30 ਹੋ ਗਿਆ, ਕੋਈ ਗੱਲ ਨਹੀਂ, ਦਿੱਲੀ ਵੱਡੇ ਬਾਬਾ ਜੀ ਦੀਵਾਨ ਲਾਏ ਸੀ, 12 ਸੀ ਸੰਗਤ, ਉੱਧਰ ਦਿੱਲੀ ਦੀ ਨਾ ਸ਼ਹਿਰ ਦੀ ਉੱਠਣ ਜੀ ਲੱਗ ਜਾਂਦੀ ਹੈ, ਬਾਬਾ ਜੀ ਕਹਿੰਦੇ ਜਿਹੜੇ 12:15 ਤੱਕ ਬੈਠਣਗੇ ਨਾ ਬਾਬਾ ਨਾਨਕ ਸਿੰਘ, ਕਹਿੰਦੇ ਉਹਨਾਂ ਦੇ ਭਾਈ ਕੰਮ ਸਵਾਏ ਹੋ ਜਾਣਗੇ, ਉਹ ਫਿਰ ਅਗਲੇ ਦਿਨ ਕੋਈ ਉੱਠੇ ਹੀ ਨਾ ਸਾਰੇ ਬੈਠਦੇ। ਬਾਬਾ ਜੀ ਕਹਿੰਦੇ ਸ਼ਾਬਾਸ਼ ਸ਼ਾਬਾਸ਼, ਅੱਜ ਬਾਬਾ ਜੀ ਕਹਿੰਦੇ 12:15 ਤੇ ਬੈਠੇ, ਜਿਹੜੇ 1:30 ਤੇ ਉੱਠਣਗੇ ਨਾ ਬਾਬਾ ਜੀ, ਕਹਿੰਦੇ ਡੇਢੇ ਦੁੱਗਣੇ ਕੰਮ ਹੋ ਜਾਣਗੇ। ਮਹਾਂਪੁਰਖ ਦਾ ਵਚਨ ਪੱਥਰ ਤੇ ਲੀਕ ਹੁੰਦਾ, ਅਰਜਨ ਦਾ ਤੀਰ ਹੁੰਦਾ, ਉਹ ਨਹੀਂ ਮੁੜ ਸਕਦਾ। ਕਰਕੇ ਆਓ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ,
ਨਿਤਨੇਮ ਕਰੋ, ਸੱਚੇ ਪਾਤਸ਼ਾਹ ਨਾਲ ਜੁੜੋ। ਹੱਥ ਜੋੜ ਕੇ ਆਪਾਂ ਸਾਹਮਣੇ ਬੇਨਤੀ ਕਰੀਏ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਤਾਈ ਸਭਨੀ ਤਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਤਾਈ ਸਭਨੀ ਤਾਈ, ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਤਾਈ ਸਭਨੀ ਤਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ, ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਤੂੰ ਮੇਰਾ ਰਾਖਾ ਸਤਿਗੁਰੂ ਨਾਨਕ ਸਭਨੀ ਥਾਈ ਸਭਨੀ ਥਾਈ, ਹਰ ਜਸ ਗਾਇਓ ਸੰਤ ਜਨਾ ਮਿਲ, 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 ਕੋਟ ਜਨਮ ਕੇ ਦੁੱਖ ਗਵਾਇਓ ਜਨਮ ਕੇ ਦੁੱਖ ਗਵਾਇਓ, ਚਾਹਤ ਸੋਈ ਮਨ ਪਾਇਓ ਚਾਹਤ ਸੋਈ ਮਨ ਪਾਇਓ, ਹਰ ਕਿਰਪਾ ਹਰ ਨਾਮ ਦਿਵਾਇਓ ਹਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ ਪ੍ਰਸਾਦ ਨਾਨਕ ਮਤ ਪਾਈ, ਹਰ ਜਸ ਗਾਇਓ ਸੰਤ ਜਨਾ ਮਿਲ, 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 ਸ੍ਰੀ ਵਾਹਿ ਗੁਰੂ ਕਾਰ ਸਤਿਗੁਰ ਪ੍ਰਸਾਦ ਸੂਰਠ ਮਹਲਾ ਪੰਜਵਾਂ,
ਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਕੋਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਕੀ ਰੇ ਨ ਵਾਹਿਗੁਰੂ ਜੀ ਅਰਦਾਸ ਮਿਹਰਬਾਨ ਸਹ ਮਿਹਰਬਾਨ ਸਹ ਮੇਰਾ ਮਿਹਰਬਾਨ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ ਵਿਰੰਗਤ ਗੁਰਦੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਡਿਸਰਠੇ ਸਬਦ ਖੁਜਾਏ ਗੁਰ ਤੇਗ ਬਹਾਦਰ ਸਿਮਰੈ ਘਰ ਨਾਨੂ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਜੀ
ਦਸਾਂ ਪਾਸ਼ਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹਾਜ਼ਰਾ ਜੁਰ ਜਾਹਿਰਾ ਜੋਰ ਕਲਯੁਗੇ ਬੋਹਿਤ ਨਾਮ ਕੇ ਜਹਾਜ ਹਲਤ ਬਲਦ ਕੇ ਰੱਖਿਅਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਸ਼ਨ ਸਰੂਪ ਤਿਸਕੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਤਰਕੇ ਵਰਨਾ ਜੀ ਵਾਹਿਗੁਰੂ ਜੀ ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਿਆਰਿਆਂ ਪਿਆਰਿਆਂ ਸਤਿਕਮਾਨਾ ਸ਼ਹੀਦ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਵਰਨਾ ਜੀ ਵਾਹਿਗੁਰੂ ਜੀ ਸਮੂਹ ਗੁਰਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਪੁੱਗਿਆਂ ਨਿਸ਼ਾਨਾ ਬਾਬਾ ਜੀ ਦੇ ਨਾਮ ਬੰਦਗੀ ਵਾਲੇ ਪਵਿੱਤਰ ਮਰਿਆਦਾ ਵਾਲੇ ਸਥਾਨਾਂ ਜੀ ਕਾ ਧਿਆਨ ਤਰਕੇ ਵਰਨਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖੇ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਰਾਤ ਦੇ ਦੀਵਾਨ ਸਜਾਏ ਗਏ ਹਨ ਬਾਣੀ ਬੜੀ ਸੁਣੀ ਦਰ ਪ੍ਰਵਾਨ ਕਰਨੀ ਆਈ ਹੋਈ ਸੰਗਤ ਦੀ ਦਰ ਤੇ ਹਾਜ਼ਰੀ ਲਾ ਲੈਣੀ ਇਸ ਵੇਲੇ ਆਪ ਜੀ ਦੀ ਸੁਣੀ ਵਿਸ਼ਾਈ ਤਿਆਰ ਹੈ ਆਪ ਜੀ ਆਪਣੇ ਸੁਖ ਆਸਣ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸਰਬ ਭਲਾ ਮਾਫ਼ ਕਰੋ ਜੋ ਵੀ ਜੀ ਇਸ ਵੇਲੇ ਆਪ ਜੀ ਦੇ ਸੋਹਣੇ ਦਰਬਾਰ ਵਿੱਚ ਆਇਆ ਹੈ ਆਪ ਜੀ ਦੀਆਂ ਮਿਹਰਾਂ ਸਦਕਾ ਸਵਰਾਜੀ ਹੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਰਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮੇਲੇ ਕੀਨੋ ਦਾਨ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਦੁਖ ਨਿਵਾਰੈ ਦੁਰਲਭ ਦੇ ਤਤ ਕਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾ ਮਨ ਮਾਹੇ ਸਮਾਨੀ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉਚਿਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਨੀ ਘੜੀ ਨਾ ਦੇਖਣ ਦਈ ਆਪਣਾ ਬਿਰ ਸੰਭਾਲੇ ਹੱਥ ਰੱਖੇ ਆਪਣੇ ਕੋ ਸਾਥ ਬਿਰਤ ਪਾਲੇ ਪ੍ਰਭ ਸੁਰਾ ਗ੍ਰਹੇ ਉਮਰਾ ਚੀਤ ਆਦਿ ਅੰਤ ਪ੍ਰਭ ਸੁਰਾ ਸਹਾਈ ਧਨ ਹਮਾਰਾ ਮੀਤ ਰਹਾਓ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀ ਤੋਈ ਗੁਣਿਆਰੇ ਕੋ ਗੁਨਾਈ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੈ ਹਰਿਆ ਤਰਸ ਪਿਆ ਮੈ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਤਨ ਮਨ ਜੀਵੈ ਹਰਿਆ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਨਾਨਕ ਦੀਆਂ ਸੰਗਤਾਂ ਜਪੋ